ਆਓ ਸੁਣੀਏ ਬਰਿਆਮ ਸੰਦੂ ਦੀ ਕਹਾਣੀ ਡੁੰਮ ਰਾਤੀ ਜਦੋਂ ਉਹਦੀ ਪਤਨੀ ਚਿੰਤੋ ਨੇ ਗਵੰਡੀ ਦੀਪ ਸਿੰਘ ਦੇ ਘਰੋਂ ਲਿਆਂਦੀ ਸਵੇਰ ਦੀ ਲੱਸੀ ਨਾਲ ਉਬਲੇ ਹੋਏ ਫਿੱਕੇ ਚੌਲ ਪਿਕਲ ਦੇ ਵੱਡੇ ਸਾਰੇ ਕੌਲ ਵਿੱਚ ਪਾ ਕੇ ਦਿੱਥੇ ਸਨ ਤਾਂ ਪਹਿਲੀ ਬੁਰਕੀ ਪਾਉਂਦਿਆਂ ਹੀ ਉਹਦੀ ਛਾਤੀ ਵਿੱਚ ਸਵੇਰ ਤੋਂ ਹੋ ਰਹੀ ਮੱਠੀ ਮੱਠੀ ਪੀੜ ਜ਼ੋਰ ਫੜਾਈ ਸੀ ਤੇ ਉਸ ਚੌਲਾਂ ਦਾ ਕੌਲ ਵਾਪਸ ਕਰ ਦਿਆ ਆਪਣੇ ਆਪ ਨੂੰ ਨਮੂਨੀਆ ਹੋ ਜਾਂਦਾ ਐਲਾਨ ਕਰ ਦਿੱਤਾ ਸੀ ਤੇ ਕਸੀਸ ਵੱਟ ਕੇ ਪੁੰਜੇ ਪਰਾਲੀ ਤੇ ਪੈ ਗਿਆ ਸੀ ਚਿੰਤੋਂ ਨੇ ਚੁੱਲ੍ਹੇ ਇੱਟ ਗਰਮ ਕਰਕੇ ਸੇਕ ਦਿੱਤਾ ਪਰ ਪੀੜ ਸੀ ਕੇ ਵੱਧਦੀ ਜਾਂਦੀ ਸੀ ਅੱਧਾ ਘੰਟਾ ਘੰਟਾ ਤੇ ਤੇਜੂ ਨੇ ਬੋੜੀ ਕੀਤੀ ਹੁਣ ਉਸ ਨੂੰ ਸਾਹ ਲਿਆ ਵੀ ਪੀੜ ਹੁੰਦੀ ਸੀ ਤਾਰਾ ਅਜੇ ਦੀਪ ਦੇ ਘਰੋਂ ਆਇਆ ਨਹੀਂ ਸੀ ਜਿਨ੍ਹਾਂ ਨਾਲ ਉਹ ਭਿਆਲ ਰਲਿਆ ਹੋਇਆ ਸੀ ਘਰ ਵਿੱਚ ਜਾਂ ਚਿੰਤੋਂ ਸੀ ਜਾ ਬਿਮਾਰ ਪਿਆ ਹੋਇਆ ਹੂੰਗਦਾ ਤੇਜੂ ਚਿੰਤੋ ਕਦੇ ਇੱਟ ਗਰਮ ਕਰਨ ਬਾਅਦ ਜਾਂਦੀ ਤੇ ਕਦੇ ਸੇਕ ਦੇਣ ਅੰਦਰ ਆਉਂਦੀ ਹੋਈ ਨਾਲੇ ਤਾਰੇ ਨੂੰ ਅਜੇ ਤੱਕ ਘਰ ਨਾ ਆਉਣ ਲਈ ਗਾਲਾਂ ਦੇ ਰਹੀ ਸੀ ਅਤੇ ਨਾਲੇ ਨਵੇਂ ਜ਼ਮਾਨਿਆਂ ਵਿੱਚ ਨਵੀਆਂ ਹੀ ਬਿਮਾਰੀਆਂ ਦੇ ਜੰਮ ਪੈਣ ਬਾਰੇ ਬੁੜਬੁੜ ਕਰ ਰਹੀ ਸੀ ਤਾਰਾ ਆਇਆ ਤਾਂ ਚਿੰਤੋ ਇੱਕ ਤਰ੍ਹਾਂ ਨਾਲ ਉਸ ਤੇ ਗਾਲੀ ਪੈ ਗਈ ਬੰਦਾ ਹੁੰਦਾ ਵੇਲੇ ਨਾਲ ਘਰ ਆਉਂਦਾ ਉਥੇ ਤੈਨੂੰ ਕੀ ਜੂੜ ਪੈ ਗਿਆ ਸੀ ਟੁੱਟ ਪੜਿਆ ਉਹ ਨਖਾਫਣਾ ਮਰਣ ੜਿਆ ਤੁਸੀਂ ਜਿਹੜੀ ਮੇਰੀ ਜਿੰਦ ਤਾਈ ਆ ਉਹ ਕਿੰਨਾ ਚਿਰ ਅਬਾ ਤਬਾ ਬੋਲਦੀ ਰਹੀ ਤਾਰਾ ਪਿਓ ਕੋਲ ਆ ਕੇ ਖੜੋ ਗਿਆ ਅਤੇ ਦੀਵੇ ਦੀ ਕੰਬ ਦੀ ਲੋ ਵਿੱਚ ਉਹਦੇ ਪੀਲੇ ਹੁੰਦੇ ਚਿਹਰੇ ਵੱਲ ਵੇਖਣ ਲੱਗਾ ਚਿੰਤੋ ਬੋਲੀ ਜਾ ਰਹੀ ਸੀ ਮੈਂ ਆਨਾ ਤੂੰ ਬਸ ਵੀ ਕਰੇਂਗੀ ਕਿ ਬੁਰਬੁੜੀ ਕਰੀ ਜਾਏਂਗੀ ਮਾਲ ਅੰਦਰ ਕਰਕੇ ਹੀ ਆਉਂਦਾ ਵੱਡੂ ਵੱਡੂ ਕਰਦੀ ਆ ਅਗਲੇ ਹਿਲਣ ਦਿੰਦੇ ਆ ਜਿੰਨਾ ਚਿਰ ਕੰਮ ਪੂਰਾ ਨਾ ਲੈ ਲੈਣ ਟੈਂ ਟੈਂ ਲਾ ਛੱਡਦੀ ਆ ਮੇਉtheta ਰਸਪੰਦੀ ਵੇਂਦਾ ਆਇਆ ਤਾਰਾ ਤਿੱਖੀ ਪਤਲੀ ਆਵਾਜ਼ ਵਿੱਚ ਬਿਜਲੀ ਵਾਂਗ ਕੜਕਿਆ ਤੇ ਫਿਰ ਜਬਾੜੇ ਘੁੱਟ ਕੇ ਇੱਕਦਮ ਚੁੱਪ ਹੋ ਗਿਆ ਆਹ ਤੇਰਾ ਕੋ ਲੱਗਦਾ ਬਿਮਾਰ ਹੋ ਗਿਆ ਪੀੜ ਹੁੰਦੀ ਸੂ ਬਿਮਾਰ ਆ ਤਾਂ ਮੈਂ ਕੀ ਕਰਾਂ ਆ ਤੇ ਮੇਰੇ ਪਾ ਦਾ ਵਕਤ ਹੈ ਤੇ ਉਹ ਪੈਰ ਪਟਕਦਾ ਹੱਥ ਵਿੱਚ ਲਈ ਪਰਾਲੀ ਪੁੰਜੇ ਸੁੱਟ ਪਰੇ ਪਈ ਆਪਣੀ ਅਧ ਟੁੱਟੀ ਮੰਜੀ ਤੇ ਲੇਟ ਗਿਆ ਅਤੇ ਉੱਤੇ ਲਿਆ ਖੇਸ ਮੂਤੇ ਤਾਂ ਲਿਆ ਕਮਰੇ ਵਿੱਚ ਭਿਆਨਕ ਕਿਸਮ ਦੀ ਚੁੱਪ ਵਰਤ ਗਈ ਤੂੰ ਛੱਡਦੀ ਦੀਵੇ ਦੀ ਬੱਤੀ ਹੀ ਜਾ ਰਹੀ ਸੀ ਤੇਜੂ ਪੀੜ ਚੋਂ ਹੂੰਗਦਾ ਹੋਇਆ ਬੋਲਿਆ ਨਾ ਕਰੋ ਖਸਮਾ ਤੂੰ ਨਾ ਕਰ ਕੁਝ ਹਾਏ ਤੇ ਉਸ ਚਿੰਤੋ ਕੋਲੋਂ ਪਾਣੀ ਦਾ ਗਲਾਸ ਮੰਗਿਆ ਅੱਧੀ ਕੁ ਰਾਤ ਨਾਲ ਤੇਜੂ ਦੀ ਮਾੜੀ ਜਿਹੀ ਅੱਖ ਲੱਗੀ ਤੇ ਫਿਰ ਕੇ ਉਸ ਫਿਰ ਚਿੰਤੋ ਤੋਂ ਪਾਣੀ ਮੰਗਿਆ ਪਾਣੀ ਦੇ ਕੇ ਚਿੰਤੋ ਲੇਟ ਗਈ ਪਰ ਉਹ ਨੂੰਂਦ ਨਹੀਂ ਸੀ ਪੈ ਰਹੀ ਅਚਾਨਕ ਤੇ ਜੂ ਦੂਰ ਜਾਂਦੀ ਗੱਡੀ ਵਾਂਗ ਹੌਲੀ-ਹੌਲੀ ਹੂੰਗਦਾ ਚੁੱਪ ਹੋ ਗਿਆ ਚਿੰਤੋ ਨੇ ਕਬਰਾਟ ਵਿੱਚ ਤੇਜੂ ਨੂੰ ਆਵਾਜ਼ ਦਿੱਤੀ ਤਾਰੇ ਦੇ ਪਾਈਆ ਵੇਖਿਆ ਤਾਰੇ ਦੇ ਪਾਈਆ ਉਹ ਭੱਜ ਕੇ ਤੇਜੂ ਵੱਲ ਹੋਈ ਹਨੇਰੇ ਵਿੱਚ ਉਸ ਨੂੰ ਹਿਲਾਇਆ ਵੇ ਤਾਰਿਆ ਤੇਰੇ ਪਾਈਏ ਨੂੰ ਕੁਝ ਹੋ ਗਿਆ ਉੱਠ ਵੇ ਤੇ ਜਦੋਂ ਉਹਨਾ ਮਾਪੁੱਤਾਂ ਨੇ ਦੀਵਾ ਜਗਾ ਕੇ ਵੇਖਿਆ ਪਰਾਲੀ ਉੱਤੇ ਵਿਛੀ ਪਾਟੀ ਤਲਾਈ ਤੇ ਅੱਧੋ ਰਾਣੀ ਰਜਾਈ ਵਿੱਚ ਉਸ ਦਾ ਸਿਰ ਇੱਕ ਪਾਸੇ ਲੁੜਕਿਆ ਹੋਇਆ ਸੀ ਤੇ ਮੂੰਹ ਵਿੱਚੋਂ ਪਾਣੀ ਦੀ ਲਾਰ ਉਹਦੇ ਜਬਾੜੇ ਤੇ ਵਹਿ ਆਈ ਸੀ ਖਿੱਚੜੀ ਹੋਈ ਦਾੜੀ ਦੇ ਵਾਲ ਉਗੜ ਦੁਗੜ ਖਿਲਰੇ ਹੋਏ ਸਨ ਅਤੇ ਅੱਧ ਖੁੱਲੇ ਮੂੰਹ ਵਿੱਚ ਪਈਆਂ ਮੁੱਛਾਂ ਗਿੱਲੀਆਂ ਹੋਈਆਂ ਪਈਆਂ ਸਨ ਸਿਰ ਉਤਲੀ ਲੀਰਾ ਹੋਈ ਮੈਲੀ ਪਾਗ ਲੈ ਕੇ ਜ਼ਮੀਨ ਤੇ ਪਈ ਹੋਈ ਸੀ ਤੇ ਖਿਲਰੀਆਂ ਜਟੂਰੀਆਂ ਵਿੱਚ ਪਰਾਲੀ ਦੇ ਕੱਖ ਅੜੇ ਹੋਏ ਸਨ ਉਬਰੀਆਂ ਹੋਈਆਂ ਹੱਡੀਆਂ ਵਾਲੀਆਂ ਗੱਲਾਂ ਵਿੱਚ ਲੁਕੀਆਂ ਅੱਧ ਮਿੱਟੀਆਂ ਅੱਖਾਂ ਵਿੱਚਲੀ ਚਟਿਆਈ ਮੌਤ ਦੀ ਸੱਕੀ ਭੈਣ ਲੱਗਦੀ ਸੀ ਅਤੇ ਨਿਰਜੋਤ ਕਾਲੇ ਡੇਲੇ ਛਪਰਾ ਹੇਠ ਛੇਕੇ ਲੁਕੇ ਜਪਦੇ ਸਨ ਜਿਵੇਂ ਕਹਿ ਰਹੇ ਹੋਣ ਅਸੀਂ ਇਸ ਜੱਗ ਦੇ ਰੰਗ ਤਮਾਸ਼ੇ ਵੇਖ ਕੇ ਥੱਕ ਚੁੱਕੇ ਹਾਂ ਰੱਜ ਚੁੱਕੇ ਹਾਂ ਬਾਹਰ ਜੀ ਕਾ ਖਾਲਸਾ ਪਰਾਉ ਚਿੰਤੋਂ ਨੇ ਪੱਟਾਂ ਤੇ ਹੱਥ ਮਾਰ ਕੇ ਉੱਚੀ ਚੀਕ ਮਾਰੀ ਤੇ ਸਿਰ ਦੇ ਸਾਈਂ ਦੇ ਤੁਰ ਜਾਣ ਦਾ ਲੰਮਾ ਵੈਣ ਪਾਇਆ ਤਾਂ ਬਾਹਰ ਖੜਾ ਉਹਨਾਂ ਦਾ ਕਾਲਾ ਕੁੱਤਾ ਪਹੁੰਚਿਆ ਗਵਾਂਡੀ ਹਜ਼ਾਰਾ ਸਿੰਘ ਕੰਦ ਟੱਪ ਕੇ ਆਇਆ ਦੀਪ ਸਿੰਘ ਵੀ ਆਇਆ ਦੋਵੇਂ ਰਸਮੀ ਅਫਸੋਸ ਕਰਕੇ ਸਬਰ ਕਰਨ ਤੇ ਚੁੱਪ ਕਰਨ ਲਈ ਕਹਿ ਕੇ ਤੁਰ ਗਏ ਪਿਛਲੇ ਘਰੋਂ ਫੌਜੀ ਠਾਕਰ ਸਿੰਘ ਦੀ ਮਾਂ ਕੁਝ ਚਰਚਿੰਤੋ ਕੋਲ ਬੈਠੀ ਤੇ ਫਿਰ ਉਹ ਵੀ ਸੋਟੀ ਫੜੀ ਬੈੜ ਨੂੰ ਕੋਈ ਮੰਜੀ ਤੇ ਲੈਣ ਨੂੰ ਕੋਈ ਚੰਗਾ ਕੱਪੜਾ ਨਾ ਹੋਣ ਕਰਕੇ ਠੰਡ ਤੋਂ ਡਰਦੀ ਤੁਰ ਗਈ ਤੇ ਹੌਲੀ-ਹੌਲੀ ਦੀਵੇ ਦੀ ਮੱਦਮ ਹੁੰਦੀ ਲਾਟ ਵਾਂਗ ਚਿੰਤੋਂ ਦੇ ਵਹਿਣ ਮਿੱਟੀ ਕਿਰਦੇ ਕੱਚੇ ਕੋਠੇ ਦੀ ਵਲਗਣ ਵਿੱਚ ਘੁੱਟ ਕੇ ਰਹਿ ਗਏ। ਕਾਫੀ ਸੂਰਜ ਚੜ੍ਹ ਆਇਆ ਸੀ ਜਦੋਂ ਕੁਝ ਗਵਾਂਢੀ ਅਤੇ ਤੇਜੂ ਦੇ ਪਾਈਚਾਰੇ ਦੇ ਕੁਝ ਬੰਦੇ ਬੁੱਢੀਆਂ ਇਕੱਠੇ ਹੋਏ ਤੇ ਰਵਾਇਤਨ ਉਹਦੇ ਚੰਗੇ ਪੰਨ ਅਤੇ ਅਚਾਨਕ ਮੌਤ ਦੀਆਂ ਗੱਲਾਂ ਹੋਣ ਲੱਗੀਆਂ। ਉਹਦੇ ਹਸਮੁਖ ਸੁਬਾ ਅਤੇ ਦਿਨੋਂ-ਦਿਨ ਸਿਰ ਤੇ ਆ ਚੜੀ ਗਰੀਬੀ ਦੀਆਂ ਕਹਾਣੀਆਂ ਜਿਹੜੀ ਗਰੀਬੀ ਨੇ ਉਸ ਨੂੰ ਜੱਟ ਤੋਂ ਕੰਮੀ ਬਣਾ ਦਿੱਤਾ ਸੀ ਜਿਹੜੀ ਗਰੀਬੀ ਨੇ ਉਸ ਦੀ ਸਾਰੀ ਜ਼ਮੀਨ ਵਿਕਵਾ ਦਿੱਤੀ ਸੀ ਤੇ ਉਹਦੇ ਪੁੱਤਰ ਤਾਰੇ ਨੂੰ ਸ਼ਰੀਕਾਂ ਨਾਲ ਹਿੱਸੇ ਤੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਸੀ ਬੰਦਾ ਤਾਂ ਉਹ ਬੜਾ ਸਿੱਧਾ ਸਾਦਾ ਸੀ ਪਤਾ ਨਹੀਂ ਲੋਕ ਕਿਉਂ ਉਸ ਨੂੰ ਤੇਜੂ ਵਿੰਗੜ ਕਹਿੰਦੇ ਸਨ ਉਹ ਸਾਰੀ ਉਮਰ ਹੱਸਦਾ ਰਿਹਾ ਸੀ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਅਜੇ ਪਰਸੋਂ ਜਦੋਂ ਉਹ ਨੰਬਰਦਾਰ ਨੇ ਠੰਡ ਵਿੱਚ ਮੋਟਾ ਕੱਪੜਾ ਲੈਣ ਲਈ ਕਿਹਾ ਸੀ ਤਾਂ ਹੱਸ ਕੇ ਕਹਿਣ ਲੱਗਾ ਨੰਬਰਦਾਰਾ ਠੰਡ ਨੇ ਸਾਤੋਂ ਕੀ ਲੈਣਾ ਠੰਡ ਨਹੀਂ ਸਾਨੂੰ ਲੱਗਦੀ ਅਸੀਂ ਠੰਡ ਨੂੰ ਲੱਗਦੇ ਹਾਂ ਤੇ ਪਤਾ ਨਹੀਂ ਉਸ ਨੂੰ ਠੰਡ ਲੱਗ ਗਈ ਸੀ ਜਾਂ ਉਹ ਠੰਡ ਨੂੰ ਲੱਗ ਗਿਆ ਸੀ ਵੇੜੇ ਵਿੱਚ ਟੁੱਟੀ ਮੰਜੀ ਤੇ ਉਹ ਆਕੜਿਆ ਪਿਆ ਸੀ ਤੇ ਤਾਰੇ ਉਤਲਾ ਮੈਲਾ ਖੇਸ ਉਸ ਦੇ ਸਰੀਰ ਤੇ ਤਾਣਿਆ ਹੋਇਆ ਸੀ ਉੱਧਰ ਬੈਠੇ ਗਿਣਤੀ ਦੇ ਬੰਦਿਆਂ 'ਚੋਂ ਕੋਈ ਉਸ ਦੀ ਅਕਲ ਦੀਆਂ ਕਾਪੀਆਂ ਵਾਲੀ ਗੱਲ ਸੁਣਾ ਰਿਹਾ ਸੀ। ਤੇਜੂ ਆਪਣੀ ਜ਼ਬਾਨੀ ਕਹਿੰਦਾ ਹੁੰਦਾ ਸੀ ਕਿ ਉਹ ਨਿੱਕੇ ਹੁੰਦਿਆਂ ਸਿੰਧ ਵੱਲ ਗਿਆ ਸੀ। ਪਤਾ ਨਹੀਂ ਗਿਆ ਵੀ ਸੀ ਕਿ ਨਹੀਂ ਕਿਉਂਕਿ ਉਹਦੀ ਭੂਗੋਲਕ ਜਾਣਕਾਰੀ ਇੰਨੀ ਕੁ ਹੀ ਸੀ। ਇੱਕ ਵਾਰੀ ਉਹਨੇ ਆਪਣੇ ਪਿੰਡ ਦੇ ਕਿਸੇ ਆਦਮੀ ਜਿਨਨੇ ਅੱਗੇ ਹੋਰ ਕਿਤੇ ਜ਼ਮੀਨ ਖਰੀਦ ਲਈ ਸੀ ਅਤੇ ਉੱਥੇ ਜਾ ਵਸਿਆ ਸੀ ਨੂੰ ਪੁੱਛਿਆ ਸੀ। ਸੁਣਾ ਵੀਰ ਮੇਰੇ ਆ ਫਿਰ ਕਿੱਥੇ ਕੋ ਜ਼ਮੀਨ ਖਰੀਦੀ ਐ ਪਾਉ ਤੇਜਾ ਸਿਆਂ ਮੋਗੇ ਦੇ ਨੇੜੇ ਇੱਕ ਪਿੰਡ ਐ 15 ਕਿੱਲੇ ਜ਼ਮੀਨ ਇੱਕ ਟੱਕ ਐ ਵਿੱਚ ਬੰਬੀ ਲੱਗੀ ਐ ਬੜੀ ਮੌਜਾ ਤੇਰੀ ਦਇਆ ਨਾਲ ਗੁਰੂ ਦੀ ਕਿਰਪਾ ਤੇ ਤੇਜੂ ਅੱਗੋਂ ਬੋਲ ਉੱਠਿਆ ਸੀ ਕਿਦਰ ਯਾਰ ਮੋਗੇ ਵਾਲ ਜ਼ਮੀਨ ਜਾ ਲਈਊ ਇੱਧਰ ਕਿਦਰ ਐ ਆਪਣੇ ਪੰਜਾਬ ਚ ਲੈ ਲੈਨੋ ਪਰ ਫਿਰ ਵੀ ਉਹਦੀ ਗੱਲ ਤੇ ਯਕੀਨ ਕਰਨਾ ਹੀ ਪੈਂਦਾ ਸੀ ਕਿ ਉਹ ਸਿੰਧ ਚ ਜ਼ਰੂਰ ਗਿਆ ਹੋਵੇਗਾ ਕਿਉਂਕਿ ਉਸ ਅਨੁਸਾਰ ਉਹ ਉਧਰੋਂ ਅਕਲ ਦੀਆਂ ਕਾਪੀਆਂ ਲਿਆਇਆ ਸੀ ਖਬਰ ਨਹੀਂ ਵੀ ਖਬਰ ਨਹੀਂ 21 ਉਹ ਆਪ ਵੀ ਇਹਨਾਂ ਸੰਬੰਧੀ ਦੱਸਦੇ ਆ ਗਿਲਤੀ ਦਾ ਪੁਲੇਖਾ ਖਾ ਜਾਂਦਾ ਸੀ ਪਰ ਉਹਨੂੰ ਮਾਨ ਸੀ ਕਿ ਉਹ ਸਿੰਧ ਚੋਂ ਜਿਹੜੀਆਂ ਅਕਲ ਦੀਆਂ ਕਾਪੀਆਂ ਲੈ ਕੇ ਆਇਆ ਸੀ ਉਹਨਾਂ ਵਿੱਚ ਬੜੀਆਂ ਅਕਲ ਦੀਆਂ ਗੱਲਾਂ ਸਨ ਜਿਹੜੀਆਂ ਪੜ੍ਹ ਕੇ ਕਈਆਂ ਦੇ ਡੁੱਬਦੇ ਬੇੜੇ ਬੰਨੇ ਲੱਗ ਸਕਦੇ ਸਨ ਬੰਨੇ ਲੱਗੇ ਸਨ ਉਹ ਇਹਨਾਂ ਕਾਪੀਆਂ ਦੀ ਮਹਾਨਤਾ ਦਾ ਕਈ ਵਾਰ ਜ਼ਿਕਰ ਕਰਦਾ ਮੈਂ ਮਾਸਟਰ ਗਿੰਦਰ ਨੂੰ ਪਹਿਲੀ ਕਾਪੀ ਚੋਂ ਪਹਿਲੀ ਗੱਲ ਪੜ੍ਹ ਕੇ ਆਖਿਆ ਸੀ ਮੁੰਡਿਆ ਪੜ੍ਹ ਜਾ ਤਗੜਾ ਹੋ ਕੇ ਪੜ੍ਹ ਜਾ ਜਿੰਨਾ ਪੜਿਆ ਜਾਂਦਾ ਈ ਤੇਰਾ ਪਿਓ ਹੈ ਨਹੀਂ ਤੇ ਸ਼ਰੀਕਾਂ ਨੇ ਤੈਨੂੰ ਜੋੜ ਨਹੀਂ ਦੇਣਾ ਤੇ ਵੀਰ ਮੇਰਿਆ ਕਹਾਣੀ ਗੇੜ ਤੇ ਸਿਲਸਲਾ ਆਈ ਜਾ ਵੇਖ ਲਾ ਮੇਰੇ ਆਖਣ ਤੇ ਉਹ ਪੜ ਗਿਆ ਈ ਤੇ ਮਾਸਟਰ ਲੱਗ ਗਿਆ ਹੀ ਜਨਾਨੀ ਵੀ ਮਾਸਟਰ ਨਹੀਂ ਮਾਂਝ ਲਿਉ ਜਾ ਸੁੱਖ ਦੀ ਰੋਟੀ ਖਾਂਦਾ ਹੀ ਤੇ ਮਧਰੇ ਧੜ ਉੱਤੇ ਨਿੱਕੀ ਜਹੀ ਧੌਣ ਨਾਲ ਜੁੜਿਆ ਉਹਦਾ ਸਿਰ ਇੱਕ ਵਾਰ ਮਾਰ ਨਾਲ ਝੂਮਦਾ ਅਤੇ ਉਹਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਖੁਸ਼ੀ ਵਿੱਚ ਲਿਸ਼ਕ ਉੱਠਦੀਆਂ ਓਨੂੰ ਲੱਗਦਾ ਉਹਦੇ ਕੋਲ ਅਕਲ ਦੀਆਂ ਕਾਪੀਆਂ ਦਾ ਖਜ਼ਾਨਾ ਸੀ ਉਹ ਬੜਾ ਅਮੀਰ ਸੀ ਤੇ ਹੋਰ ਲੋਕ ਜਿਵੇਂ ਉਹਦੇ ਤੇ ਰਸ਼ਕ ਕਰਦੇ ਹੋਣ ਉਧੀਆਂ ਕਾਪੀਆਂ ਉਹਦੇ ਕਹਿਣ ਅਨੁਸਾਰ ਹਾਰੀ ਸਾਰੀ ਨਹੀਂ ਸੀ ਪੜ ਸਕਦਾ ਇਹ ਤਾਂ ਸਿਰਫ ਉਹ ਆਪ ਹੀ ਪੜ ਸਕਦਾ ਸੀ ਤੇ ਉਹ ਵੀ ਮਾੜੀਆਂ-ਮੋਟੀਆਂ ਹੀ ਇਹ ਕਾਪੀਆਂ ਉਸ ਨੂੰ ਬਕੌਲ ਕਿਸੇ ਸਾਧ ਕੋਲੋਂ ਮਿਲੀਆਂ ਸਨ ਤੇ ਉਹਨੇ ਇਹਨੂੰ ਪੜਨਾ ਵੀ ਸਿਖਾਇਆ ਸੀ ਪਰ ਉਹਦੀ ਕਿਸਮਤ ਮਾੜੀ ਸੀ ਕਿ ਉਹ ਚੰਗੀ ਤਰ੍ਹਾਂ ਉਦੋਂ ਦਿਲ ਲਾ ਕੇ ਨਾ ਪੜਿਆ ਨਹੀਂ ਤਾਂ ਪੌ 12 ਹੋ ਜਾਂਦੀਆਂ ਫਿਰ ਵੀ ਉਹਨੇ ਇਨ੍ਹਾਂ ਕਾਪੀਆਂ ਚੋਂ ਪੜ ਕੇ ਕਿਸੇ ਨੂੰ ਨੌਕਰ ਹੋ ਜਾਣ ਦੀ ਸਲਾਹ ਦਿੱਤੀ ਅਤੇ ਉਹ ਨੌਕਰ ਹੋ ਗਿਆ ਸੀ ਕਿਸੇ ਨੂੰ ਜ਼ਮੀਨ ਖਰੀਦਣ ਲਈ ਕਿਹਾ ਤਾਂ ਉਹਦਾ ਕੰਮ ਨਿਪਰੇ ਚੜ ਗਿਆ ਸੀ ਕਿਸੇ ਨੂੰ ਪੰਜ ਸਰਪੰਚ ਖਲੋਣ ਵਾਸਤੇ ਕਿਹਾ ਸੀ ਤੇ ਉਹ ਕਾਮਯਾਬ ਹੋ ਗਿਆ ਸੀ ਪਰ ਇਹ ਕਾਪੀਆਂ ਦਾ ਜਾਦੂ ਪਤਾ ਨਹੀਂ ਉਹਦੇ ਆਪਣੇ ਘਰ ਤੇ ਕਿਉਂ ਨਹੀਂ ਸੀ ਚੱਲਿਆ ਜਦੋਂ ਅਜੇ ਤਾਰਾ ਨਿੱਕਾ ਜਿਆ ਸੀ ਤਾਂ ਉਹ ਤਾਰੇ ਬਾਰੇ ਪਰੇ ਵਿੱਚ ਬੈਠਾ ਗੱਲਾਂ ਕਰਦਾ ਉਹ ਮਹਿਲ ਉਸਾਰ ਦਾ ਅਤੇ ਲੋਕ ਹੱਸ ਕੇ ਜਿਵੇਂ ਉਹਦੀਆਂ ਰੇਤ ਦੀਆਂ ਕੰਧਾਂ ਨੂੰ ਠੁੱਡੇ ਮਾਰਦੇ ਰਹਿੰਦੇ ਮੈਂ ਆਨਾ ਮੈਂ ਤਾਰੇ ਨੂੰ ਵੱਡਾ ਪਹਿਲਵਾਨ ਬਣਾਵਾ ਮੇਰੀ ਮਨਸ਼ਾ ਕੰਜਰ ਨੂੰ 5-10 ਪੀਪੇ ਘੋ ਦੇਖਵਾਵਾ ਕਿੱਕਰਸੋਂ ਬਣਾ ਦਿਆਂ ਇੱਕ ਵਾਰ ਫਿਰ ਮੈਂ ਆਨਾ ਇੰਨੇ ਕੰਜਰ ਨੇ ਕਿਸੇ ਦੀ ਲੱਤਾਂ ਤੋੜ ਦੇਣੀ ਆ ਵੀਰ ਮੇਰਿਆ ਕਹਾਣੀ ਗੇੜ ਤੇ سلسلہ ਆਈ ਜਿਸ ਕਰਕੇ ਮੈਨੂੰ ਪਹਿਲਵਾਨ ਨਹੀਂ ਬਣਾਉਂਦਾ ਤੇ ਫਿਰ ਉਹ ਦੂਜਾ ਮਹੱਲ ਉਸਾਰਦਾ ਕਦੀ ਮੈਂ ਸੋਚਦਾ ਇਹਨੂੰ ਬਦਮਾਸ਼ ਬਣਾਵਾ ਵੱਡਾ ਬਦਮਾਸ਼ ਜੱਗੇ ڈاکੂ ਵਰਗਾ ਫਿਰ ਮੈਂ ਆਨਾ ਇਹਨੇ ਕਿਸੇ ਦਾ ਕਤਲ ਕਰ ਦੇਣਾ ਤੇ ਮੈਂ ਪਿੱਛੋਂ ਵਕਤ ਨੂੰ ਫੜਿਆ ਰਹੂੰ ਵੀਰ ਮੇਰਿਆ ਕਹਾਣੀ ਗੇੜ ਤੇ سلسلہ ਆਈ ਤੇ ਫਿਰ ਉਹ ਇੱਕ ਹੋਰ ਮੋੜ ਮੁੜਦਾ ਕਦੇ ਮੇਰੀ ਸਲਾਹ ਬਣਦੀ ਆ ਭਈ ਤਾਰੇ ਨੂੰ ਪੜ੍ਹਾ ਹੀ ਦਿਆਂ ਦੱਬ ਕੇ ਪੜ੍ਹਾ ਦਿਆਂ ਇਕੱਠਿਆਂ ਵੀ ਦੀ ਜਮਾਤਾਂ ਭਾਵੇਂ ਜ਼ਮੀਨ ਵਿਕ ਜੇ ਇਹਨੂੰ ਤਕੜਾ ਅਪਸਰ ਬਣਾ ਦਿਆਂ ਵੱਡਾ ਤਕੜਾ ਅਪਸਰ ਫਿਰ ਮੈਂ ਆਨਾ ਜੇ ਇਹ ਅਪਸਰ ਬਣ ਗਿਆ ਮੈਨੂੰ ਸਪਾਰਸ਼ਾਂ ਵਾਲਿਆਂ ਨਹੀਂ ਛੱਡਣਾ ਅਖੇ ਤੇਜਾ ਜਿਆਂ ਆ ਜਰਾ ਸਰਦਾਰ ਤਾਰਾ ਸੋਂ ਕੋਚਰਾ ਕੰਮ ਸੀ ਫਿਰ ਮੇਰਿਆ ਕਹਾਣੀ ਗੇੜ ਤੇ سلسلہ ਆਈ ਤੇ ਓ ਖਿੜ ਖਿੜਾ ਕੇ ਉੱਚੀ ਉੱਚੀ ਹੱਸਦਾ ਪਤਾ ਨਹੀਂ ਪਰੇ ਵਾਲਿਆਂ ਤੇ ਪਤਾ ਨਹੀਂ ਆਪਣੇ ਉੱਤੇ ਉਧੀਆਂ ਕਾਪੀਆਂ ਪੜ੍ਹ ਕੇ ਦਸੀਆਂ ਗੱਲਾਂ ਤੇ ਅਮਲ ਕਰਕੇ ਕਈ ਤਰ ਗਏ ਸਨ ਪਰ ਤਾਰਾ ਤਾਰੇ ਦਾ ਤਾਰਾ ਹੀ ਰਹਾ ਸੀ ਮਦਰਾ ਕੱਦ ਨਿੱਕੀਆਂ ਲੱਤਾਂ ਵਾਲਾ ਪੇਤਲਾ ਮੂੰਹ ਤੇ ਤੂਤੇ ਵਰਗੇ ਨੱਕ ਵਾਲਾ ਤੇ ਉਹ ਪਿਓ ਦੇ ਨਾਲ ਹੀ ਘਰ ਦੀ ਚਾਰ ਕਿੱਲੇ ਜ਼ਮੀਨ ਤੇ ਛੋਟੀ ਉਮਰੇ ਹੀ ਸੰਢਿਆਂ ਪਿੱਤੇ ਹਲ ਨੂੰ ਸੰਭਾਲੀ ਤੁਰ ਪਿਆ ਸੀ ਜੇ ਕਦੇ ਕੋਈ ਉਹਦੀ ਹੋਰਣਾ ਨੂੰ ਤਾਰਨ ਦੀ ਗੱਲ ਕਰਦਾ ਹੋਇਆ ਉਹਨਾਂ ਦੀ ਤੰਗੀ ਤੇ ਤਾਰੇ ਦੇ ਨਾਂ ਪੜ ਸਕਣ ਅਤੇ ਨਾ ਤਰ ਸਕਣ ਬਾਰੇ ਕਹਿੰਦਾ ਤਾਂ ਤੇਜੂ ਪਹਿਲਾਂ ਤਾਂ ਹੱਸ ਪੈਂਦਾ ਤੇ ਫਿਰ ਸੰਡੇ ਦੇ ਪਿੱਛੇ ਤੇ ਪ੍ਰਾਣੀ ਮਾਰ ਕੇ ਇੱਕ ਵਾਰ ਤਾਂ ਚੁੱਪ ਕਰ ਜਾਂਦਾ ਫਿਰ ਗੰਭੀਰ ਸੁਰ ਵਿੱਚ ਬੋਲਦਾ ਵੀਰ ਮੇਰਿਆ ਤੂੰ ਸਿਆਣਾ ਏ ਤਰਿਆ ਤਾਂ ਪਾਣੀ ਚ ਜਾਂਦਾ ਏ ਨਾ ਜੇ ਕੋਈ ਪਾਣੀ ਚ ਡਿੱਗੇ ਤੇ ਕੋਈ ਤਰੇ ਵੀ ਤੇ ਜੇ ਕੋਈ ਡਿੱਗੇ ਹੀ ਗਲਗਲ ਚਿੱਕੜ ਚ ਹੈ ਕਾਣੀ ਗੇੜ ਤੇ ਸਿਲਸਿਲਾ ਆਈ ਤੇ ਦੀਪ ਸਿੰਘ ਨੇ ਜਦੋਂ ਤਾਰੇ ਨੂੰ ਆਵਾਜ਼ ਦਿੱਤੀ ਤਾਂ ਉਹ ਪਰਿਓ ਇੰਜ ਹੌਲੀ ਹੌਲੀ ਤੁਰਦਾ ਆਇਆ ਜਿਵੇਂ ਸੱਚੀ ਉਹਦੀਆਂ ਲੱਤਾਂ ਡੂੰਘੇ ਚਿੱਕੜ ਵਿੱਚ ਖੁੱਭੀਆਂ ਹੋਣ ਤੇ ਉਹ ਤੂ ਤੂ ਕੇ ਲੱਤਾਂ ਨੂੰ ਚਿੱਕੜ ਵਿੱਚੋਂ ਬਾਹਰ ਕੱਢ ਰਿਹਾ ਹੋਵੇ ਮੈਂ ਕਿਹਾ ਬਾਲਣ ਬੂਲਣ ਦਾ ਕੀ ਬੰਦੋਬਸਤਾ ਬਾਲਣ ਤਾਰਾ ਚੌਂਕਿਆ ਬਾਲਣ ਤਾਂ ਘਰ ਕੋਈ ਨਹੀਂ ਉਦੀ ਮੈਲੀ ਗੁਲਾਬੀ ਪੱਗ ਉਹਦੇ ਮੱਥੇ ਤੇ ਸਰਕਾਈ ਸੀ ਸੋਣਿਆ ਕਰਨੀ ਪ੍ਰਬੰਧਤਾ ਕੋਈ ਕਰਨਾ ਹੀ ਪਊ ਕੋਈ ਹੋਰ ਚਿੱਟ ਕੱਪੜੀਆਂ ਬੋਲਿਆ ਉਹਦੀ ਆਵਾਜ਼ ਵਿੱਚ ਤਾਰੇ ਦੇ ਮੁਰਖਤਾ ਭਰੇ ਜਵਾਬ ਪ੍ਰਤੀ ਹਿਰਖ ਸੀ ਤਾਰਾ ਕੁਝ ਨਹੀਂ ਬੋਲਿਆ ਸਗੋ ਵੇੜੇ ਵਿੱਚਲੀ ਨਿੰਮਵਲ ਟਿਕਟਕੀ ਲਗਾ ਕੇ ਵੇਖਣ ਲੱਗਾ ਜਿਦੇ ਪੀਲੇ ਪੱਤੇ ਇੱਕ ਇੱਕ ਕਰਕੇ ਝੜ ਰਹੇ ਸਨ ਅਤੇ ਧਰਤੀ ਨੂੰ ਕੱਜੀ ਜਾ ਰਹੇ ਸਨ ਖੱਫਣ ਵੀ ਲੈਣਾ ਪਊ ਉਸਮਨ ਹੀ ਮਨ 'ਚ ਸੋਚਿਆ ਤੇ ਫਿਰ ਜਨਾਨੀਆਂ 'ਚ ਬੈਠੀ ਆਪਣੀ ਮਾਂ ਨੂੰ ਉਠਾ ਕੇ ਇੱਕ ਪਾਸੇ ਲੈ ਗਿਆ ਖੱਫਣ ਤੇ ਬਾਲਣ ਲਈ ਪੈਸੇ ਚਾਹੀਦੇ ਨੇ ਆਹੋ ਹੁਣ ਫਿਰ ਮੈਂ ਵੀ ਇਹੋ ਸੋਚਦੀ ਸਾਂ ਚਿੰਤੋਂ ਵੀ ਅੱਗੋਂ ਸਵਾਲ ਬਣ ਪਈ ਸੀ ਮੈਨੇ ਲੀੜੇ ਨਾਲ ਅੱਖਾਂ ਪੁੰਝ ਕੇ ਉਹ ਬੋਲੀ ਖਬਰੇ ਚੰਦਰੇ ਨੂੰ ਪਹਿਲਾਂ ਹੀ ਪਤਾ ਸੀ ਛੇ ਮਹੀਨੇ ਹੋ ਗਏ ਕੁਰਤਾ ਸਵਾ ਕੇ ਰੱਖਿਆ ਸੁਅਖੇ ਹੌਲੀ ਹੌਲੀ ਤਿੰਨ ਲੀੜੇ ਮਰਨੇ ਦੇ ਬਣਾ ਲਾ ਤੇ ਉਹ ਫਿਰ ਫਿਸ ਪਈ ਤੇੜ ਦੀ ਚਾਦਰ ਤੇ ਉੱਤੇ ਲਈ ਕਪੜਾ ਵੀ ਤਾਂ ਲੈਣਾ ਪਊ ਫਿਰ ਉਸਨੇ ਜਿਵੇਂ ਸੁਝਾ ਦਿੱਤਾ ਦੀਪ ਸੋਨ ਨੂੰ ਪੁੱਛ ਕੇ ਵੇਖ ਤਰੇ ਹਿੱਸੇ ਚੋ ਕੱਟ ਲੂ ਤਾਰਾ ਟੁੱਟੇ ਛਿੱਤਰ ਦੀ ਨੋਕ ਨਾਲ ਧਰਤੀ ਖੁਰਚਣ ਲੱਗਾ ਪੁੱਛ ਵੇਨਾ ਉਦੇ ਤਾਂ ਕਣਕ ਦੇ ਅੱਗੇ ਹੀ بڑے ਹੋ ਗਏ ਆ ਤੇ ਉਹ ਮੂੰਹ ਚ ਪੈਂਦੀਆਂ ਮੁੱਛਾਂ ਟੁੱਕਣ ਲੱਗਾ ਸਰਦਾਰ ਗੁਰਬਚਨ ਸੋਂ ਨੂੰ ਪੁੱਛ ਫਿਰ ਆਹ ਗੁਰਬਚਨ ਸੋਂ ਉਹਨਾਂ ਨੂੰ ਸਾਡੀ ਕੀ ਪੀੜਾ ਉਹ ਦੇਣ ਡਿਆ ਪੈਸੇ ਤੈਨੂੰ ਲੋਕਾਂ ਤੋਂ ਲੈ ਲੈਣਾ ਰਜਣ ਉਹ ਬੁਰਬੁਰਾਂਦਾ ਹੋਇਆ ਤੁਰ ਪਿਆ ਦੀਪ ਸਿੰਘ ਨੂੰ ਆਖਣ ਤੇ ਉਹ ਘਰ ਪਈ ਲੱਕੜ ਦੇਣ ਨੂੰ ਤਾਂ ਮੰਨ ਗਿਆ ਪਰ ਪੈਸਿਆਂ ਵੱਲੋਂ ਉਹਦਾ ਹੱਥ ਵੀ ਤੰਗ ਸੀ ਬੈਠੇ ਆਦਮੀਆਂ ਨੇ ਵੇਖਿਆ ਵੂਹੇ 'ਚੋਂ ਸਰਦਾਰ ਗੁਰਬਚਨ ਸਿੰਘ ਦਾ ਪਿਤਾ ਸਰਦਾਰ ਨਾਜ਼ਰ ਸਿੰਘ ਖੁੱਲਾ ਪੈਂਟਕੋਟ ਪਾਈ ਹੱਥ ਵਿੱਚ ਖੁੰਡੀ ਫੜੀ ਲੰਮੇ ਪਾਰੇ ਸਰੀਰ ਨਾਲ ਹਾਥੀ ਵਾਂਗ ਝੂਲਦਾ ਆ ਰਿਹਾ ਸੀ ਉਹ ਕਈ ਚਿਰ ਦਾ ਫੌਜ ਵਿੱਚੋਂ ਕਪਤਾਨ ਰਿਟਾਇਰ ਹੋ ਕੇ ਆਇਆ ਸੀ ਆਉਂਦਾ ਹੀ ਫੌਜੀਆ ਵਾਲੇ ਲਹਿਜੇ 'ਚ ਬੋਲਿਆ ਉਹ ਬਈ ਮੈਂ ਸੁਣਿਆ ਤੇਜੂ ਦੀ ਮੌਤ ਹੋ ਗਈ ਬਹੁਤ ਬੁਰਾ ਹੋਇਆ ਬਹੁਤ ਬੁਰਾ ਹੋਇਆ ਹਾਂਜੀ ਹਾਂਜੀ ਬੈਠੇ ਪੰਜ ਸੱਤ ਬੰਦਿਆਂ 'ਚੋਂ ਦੋ ਚਾਰ ਉਹਦੇ ਸਤਕਾਰ ਵਿੱਚ ਉੱਠ ਕੇ ਖੜੇ ਹੋ ਗਏ ਆਖਰ ਉਹ ਪਿੰਡ ਦੇ ਸਰਪੰਚ ਦਾ ਪਿਓ ਸੀ ਜੱਦੀ ਪੁਸ਼ਤੀ ਸਰਦਾਰੀ ਕਰਾਣੇ ਚੋਂ ਸੀ ਉਹਨਾਂ ਤਾਰੇ ਨੂੰ ਸਰਦਾਰ ਹੋਣ ਦੇ ਬੈਠਣ ਲਈ ਕੁਰਸੀ ਜਾਂ ਮੰਝਾ ਲਿਆਉਣ ਲਈ ਕਿਹਾ ਉਹ ਸਮਝਦੇ ਸਨ ਕਿ ਪੈਂਟ ਕੋਟ ਨਾਲ ਜ਼ਮੀਨ ਤੇ ਤਾਂ ਉਂਝ ਹੀ ਬੈਠਣਾ ਔਖਾ ਸੀ ਤੇ ਸਰਦਾਰ ਹੋਣ ਕਰਕੇ ਉਂਝ ਵੀ ਜੱਜਦਾ ਨਹੀਂ ਸੀ ਰਹਿਣ ਦੇ ਬਈ ਰਹਿਣ ਦੇ ਮੈਂ ਛੇਤੀ ਜਾ ਰਿਆਂ ਮੈਂ ਬਚਨ ਨਾਲ ਸ਼ਹਿਰ ਜਾ ਰਿਆਂ ਉਹ ਤਿਆਰ ਹੁੰਦਾ ਸੀ ਮੈਂ ਕਿਹਾ ਉਹਨਾਂ ਚਿਰ ਗੋਡਾ ਨਿਵਾ ਆ ਵਾਂ ਉਹ ਤਾਰੇ ਨੂੰ ਇਸ਼ਾਰਾ ਕਰਦਾ ਬੋਲੀ ਗਿਆ ਤਾਰਾ ਅਹੇ ਲਖੜੋਤਾ ਸੀ ਕਪਤਾਨ ਖੜੋਤਾ ਹੀ ਖੁੰਡੀ ਹਿਲਾਉਂਦਾ ਕਹਿਣ ਲੱਗਾ ਬਾਤ ਇਹ ਹੈ ਕਿ ਉਸ ਨੂੰ ਠੰਡ ਲੱਗੀ ਉਹ ਗਰਮ ਕੱਪੜਾ ਤਾਂ ਪਹਿਨਦਾ ਨਹੀਂ ਸੀ ਉੱਪਰ ਸੇ ਇਹ ਔਰਤ ਉਸ ਨੂੰ ਨਮੂਨੀਏ ਤੇ ਠੰਡਾ ਪਾਣੀ ਪਿਲਾਉਂਦੀ ਰਹੀ ਅੱਗ ਤੇ ਤੇਲ ਪਾਣ ਮਾਫਕ ਉਸਨੇ ਬਚਣਾ ਕੀ ਸੀ ਉਹ ਸਿੱਕ ਪਲ ਲਈ ਸਾਰੇ ਚਿਹਰਿਆਂ ਵੱਲ ਵੇਖਿਆ ਤੇ ਫਿਰ ਕਿੱਲੀ ਦੱਬ ਦਿੱਤੀ ਇਹਨਾਂ ਨੂੰ ਚਾਹੀਦਾ ਸੀ ਰਾਤ ਹੀ ਡਾਕਟਰ ਬੁਲਾਉਂਦੇ ਉਹਦਾ ਇਲਾਜ ਕਰਾਂਦੇ ਬਚਨ ਰਾਤੀਂ ਘਰ ਸੀ ਉਹਨੂੰ ਸੱਦਦੇ ਉਹ ਜੀਪ ਤੇ ਹਸਪਤਾਲ ਲੈ ਜਾਂਦਾ ਹੁਣ ਮੇਰੇ ਵੱਲ ਦੇਖੋ ਮੈਂ ਤੇ ਤੇਜਾ ਸਿੰਘ ਹਾਣੀ ਸੀ ਮੈਂ ਬਚਿਆ ਹੀ ਤਾਂ ਹਾਂ ਮਹੀਨੇ ਦੋ ਮਹੀਨੇ ਬਾਅਦ ਮੈਡੀਕਲ ਚੈੱਕਅਪ ਕਰਾਉਂਦਾ ਰਹਿੰਦਾ ਪਰ ਸਾਡੇ ਇਹ ਅਨਪੜ ਲੋਕ ਇਹੋ ਤਾਂ ਇਹਨਾਂ 'ਚ ਕਮੀ ਏ ਸਾਰੇ ਚੁੱਪ ਸਨ ਅਤੇ ਉਸ ਦੇ ਕਹੇ ਨੂੰ ਸੱਤ ਕਰਕੇ ਸੁਣ ਰਹੇ ਸਨ ਆਹ ਨਜ਼ਦੀਕ 2 ਮੀਲ ਤੇ ਹੈਲਥ ਸੈਂਟਰ ਸੀ ਸਰਕਾਰ ਸਾਡੇ ਲੋਕਾਂ ਲਈ ਬੜਾ ਕੁਝ ਕਰਦੀ ਰਹੀ ਐ ਪਰ ਅਸੀਂ ਮੂਰਖਾਂ ਜੋ ਫਾਇਦਾ ਨਹੀਂ ਉਠਾਂਦੇ ਉਸਨੇ ਬੱਜੀ ਹੋਈ ਚਿੱਟੀ ਦਾੜੀ ਨੂੰ ਖੱਬੇ ਹੱਥ ਨਾਲ ਬਲੋਸਿਆ ਖੈਰ ਭਈ ਜੋ ਹੋਇਆ ਅੱਛਾ ਨਹੀਂ ਹੋਇਆ ਤੇ ਉਹ ਹੌਲੀ-ਹੌਲੀ ਤੇਜੂ ਦੀ ਮੰਜੀ ਵੱਲ ਵਧਿਆ ਅਤੇ ਕੱਪੜਾ ਉਤਾਰ ਕੇ ਇੱਕ ਪਲ ਲਈ ਉਹਦਾ ਮੂੰਹ ਵੇਖਿਆ ਤੇ ਫਿਰ ਖੁੰਡੀ ਹਿਲਾਉਂਦਿਆਂ ਬੋਲਿਆ ਚੰਗਾ ਮੈਂ ਚੱਲਦਾ ਬਚਨ ਸ਼ਹਿਰ ਜਾ ਰਿਹਾ ਹਾਂ ਉੱਥੇ ਕੋਈ ਵਜ਼ੀਰ ਆ ਰਿਹਾ ਐਤਕੀ ਪਿੰਡ ਮੰਡੀ ਖੁਲਾਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾ ਵੇਖੋ ਜੇ ਕੰਮ ਬਣ ਗਿਆ ਤਾਂ ਇਲਾਕੇ ਦੀ ਸੁਣੀ ਜਾਊ ਬਚਨ ਦੀ ਸਲਾਹ ਹੈ ਆੜਤ ਖੋਲ ਕੇ ਮੁੰਡੇ ਨੂੰ ਉਸ ਤੇ ਬਿਠਾ ਦੇ ਉਹਦਾ ਮੁੰਡਾ ਪੜਨ ਵਾਲਾ ਤਾਂ ਨਿਕਲਿਆ ਨਹੀਂ ਸੂਰ ਦਾ ਬੱਚਾ ਉੱਲੂ ਦਾ ਪੱਠਾ ਸਾਰਾ ਕੁਝ ਕਹਿ ਕੇ ਉਹ ਬੈਠੇ ਆਦਮੀਆਂ ਦੇ ਚਿਹਰੇ ਵੱਲ ਤੱਕਣ ਲੱਗਾ ਜਿਵੇਂ ਆਪਣੀਆਂ ਗੱਲਾਂ ਦਾ ਪ੍ਰਤੀਕਰਮ ਉਡੀਕ ਰਿਹਾ ਹੋਵੇ ਇਹ ਉਸਦੀ ਆਦਤ ਹੀ ਸੀ ਕਿ ਉਹ ਕਿਸੇ ਦੀ ਘੱਟ ਸੁਣਦਾ ਸੀ ਤੇ ਆਪਣੀ ਨਿਰੰਤਰ ਸੁਣਾਈ ਜਾਂਦਾ ਸੀ ਬੈਠਿਆਂ ਵਿੱਚੋਂ ਇੱਕ ਦੋ ਨੇ ਕਪਤਾਨ ਅਤੇ ਉਹਦੇ ਲੜਕੇ ਗੁਰਬਚਨ ਦੀ ਤਾਰੀਫ਼ ਕੀਤੀ ਜਿਸ ਦਾ ਭਾਵ ਕੁਝ ਇਸ ਤਰ੍ਹਾਂ ਸੀ ਕਿ ਉਹ ਦੋਵੇਂ ਤਾਂ ਪਿੰਡ ਦੀਆਂ ਬਾਹਾਂ ਸਨ ਇਲਾਕੇ ਦੇ ਥੰਮ ਸਨ ਗੁਰਬਚਨ ਸਿੰਘ ਅੱਜ ਦੀ ਸਿਆਸਤ ਵਿੱਚ ਸਿਰ ਉੱਚਾ ਕੱਢਦਾ ਆ ਰਿਹਾ ਸੀ ਉਹਦੇ ਕਰਕੇ ਇਲਾਕੇ ਦੀ ਸੁਣੀ ਜਾ ਰਹੀ ਸੀ ਇਹੋ ਜਿਹੇ ਨੇਕ ਪੁੱਤ ਕਿਤੇ ਮਾਵਾਂ ਰੋਜ਼-ਰੋਜ਼ ਜੰਮਦੀਆਂ ਸਨ ਹਰ ਇੱਕ ਨਾਲ ਬਣਾ ਕੇ ਰੱਖਣ ਵਾਲਾ ਅਗਲੀਆਂ ਚੋਣਾ ਵਿੱਚ ਉਹਨੂੰ ਇਲਾਕੇ ਤੋਂ ਖੜਿਆarਣਾ ਚਾਹੀਦਾ ਹੈ ਆਦਤ ਤੇ ਇਹਨਾਂ ਗੱਲਾਂ ਦੀ ਭੀੜ ਵਿੱਚ ਜਿਵੇਂ ਤੇਜੂ ਦੀ ਮੌਤ ਦੀ ਗੱਲ ਗੁਵਾਚ ਗਈ ਸੀ ਇੰਜ ਲੱਗਦਾ ਸੀ ਜਿਵੇਂ ਆਪਣੇ ਆਪ ਨੂੰ ਇਸ ਤਰ੍ਹਾਂ ਅਣਗੌਲਿਆ ਵੇਖ ਕੇ ਉਹ ਉੱਠ ਖੜੋਵੇਗਾ ਅਤੇ ਦੱਸੇਗਾ ਕਿ ਜਿਹੜੇ ਸਰਦਾਰ ਅਤੇ ਉਹਦੇ ਮੁੰਡੇ ਅਗੇ ਸਾਰੇ ਯਹੀ-ਯਹੀ ਕਰ ਰਹੇ ਸਨ ਇਹਨਾਂ ਨੂੰ ਵੀ ਉਹਨੇ ਅਕਲ ਦੀ ਕਾਪੀ ਪੜ੍ਹ ਕੇ ਸੁਣਾਈ ਸੀ ਅਤੇ ਅੱਜ ਦੇ ਜ਼ਮਾਨੇ 'ਚ ਤੁਰੰਦੀ ਜਾਂਚ ਦੱਸੀ ਸੀ ਉਹ ਕਪਤਾਨ ਦੀ ਉਹ ਗੱਲ ਵੀ ਦੁਹਰਾਏਗਾ ਜਿਹੜੀ ਕਪਤਾਨ ਨੇ ਆਜ਼ਾਦੀ ਤੋਂ ਪਿੱਛੋਂ ਜਦੋਂ ਪਹਿਲੀ ਵਾਰ ਵੋਟਾਂ ਪਈਆਂ ਸਨ ਤਾਂ ਕੀਤੀ ਸੀ ਇਹ ਗੱਲ ਤੇਜੂ ਨੇ अनेका ਵਾਰ ਸੁਣਾਈ ਸੀ ਦਰਅਸਲ ਉਸ ਨੂੰ ਸਰਕਾਰ ਤੇ ਗੁੱਸਾ ਸੀ ਜਿਸਨੇ ਜੜੇ ਖੜੇ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਸੀ ਕਦੀ ਉਸ ਇਕੱਲੇ ਦੀ ਹੀ ਸਾਰੇ ਪਿੰਡ ਚ ਵੋਟ ਹੁੰਦੀ ਸੀ ਤੇ ਹੁਣ ਮਾਸਟਰ ਹੰਸ ਰਾਜ ਨੇ ਵੋਟਾਂ ਵਾਲੀ ਸੂਚੀ ਚ ਉਸ ਦਾ ਨਾਮ ਪੜਿਆ ਨਾਜ਼ਰ ਸਿੰਘ ਵਲਦ ਜਗੀਰ ਸਿੰਘ ਕਪਤਾਨ ਨਾਜ਼ਰ ਸਿੰਘ ਨੇ ਮੋਢੇ ਝੂਨੇ ਸਰਦਾਰ ਨਾਜ਼ਰ ਸਿੰਘ ਨਹੀਂ ਲਿਖਿਆ ਨਹੀਂ ਜੀ ਕਪਤਾਨ ਨਾਜ਼ਰ ਸਿੰਘ ਨਹੀਂ ਲਿਖਿਆ ਨਹੀਂ ਜੀ ਤੇ ਇੱਕ ਮਿੰਟ ਲਈ ਹੈਰਾਨ ਪਰੇਸ਼ਾਨ ਹੋਇਆ ਨਾਜ਼ਰ ਸਿੰਘ ਖੜੋਤਾ ਰਿਹਾ ਫਿਰ ਉਸਨੇ ਵੋਟਰਾਂ ਦੀ ਕਤਾਰ ਵੱਲ ਨਜ਼ਰ ਭਰ ਕੇ ਟੱਕਿਆ ਜਿਵੇਂ ਕੋਈ ਕੀੜਿਆਂ ਕਾਡਿਆਂ ਵੱਲ ਦੇਖ ਰਿਹਾ ਹੋਵੇ ਮੇਰੇ ਤੋਂ ਪਹਿਲਾਂ ਕਿਹਦੀ ਵੋਟ ਹੈ ਤੇਜਾ ਸਿੰਘ ਵੱਲਦਮੀਹਾ ਸਿੰਘ ਹੂੰ ਤੇਜੂ ਤੇਜਾ ਸਿੰਘ ਅਤੇ ਕਪਤਾਨ ਨਾਜ਼ਰ ਸਿੰਘ ਨਿਰਾ ਨਾਜ਼ਰ ਸਿੰਘ ਸਰਦਾਰ ਬਹਾਦਰ ਨਾਜ਼ਰ ਸਿੰਘ ਨਿਰਾ ਨਾਜ਼ਰ ਸਿੰਘ ਮੈਂ ਵੋਟ ਪੋਲ ਨਹੀਂ ਕਰਾਂਗਾ ਤੇ ਉਹ ਕਈਆਂ ਦੇ ਕਹਿੰਦੇ ਆ ਰੋਕਦਿਆਂ ਵੀ ਖੁੰਡੀ ਹਿਲਾਉਂਦਿਆਂ ਦੰਦਿਆ ਕਰੀਚ ਦਾ ਬਿਨਾ ਵੋਟ ਪਾਏ ਤੁਰ ਗਿਆ ਸੀ ਤੇਜੂ ਜਦੋਂ ਵੀ ਕਪਤਾਨ ਦੀ ਇਹ ਗੱਲ ਸੁਣਾਉਂਦਾ ਤੇ ਨਾਲ ਇਹ ਵੀ ਦੱਸਦਾ ਕਿ ਇਹ ਉਹ ਹੀ ਸੀ ਜਿਸ ਨੇ ਪਿੱਛੇ ਕਪਤਾਨ ਦੇ ਟੱਬਰ ਨੂੰ ਸਿਆਸਤੀ ਬਣਨ ਲਈ ਆਖਿਆ ਸੀ ਤੇ ਉਹਨਾਂ ਨੂੰ ਤਸੱਲੀ ਦਿਵਾਈ ਸੀ ਕਿ ਉਸ ਦਾ ਨਾਮ ਸਿਰਫ ਕਾਗਜ਼ਾਂ ਵਿੱਚ ਹੀ ਤੇਜਾ ਸਿੰਘ ਹੋਇਆ ਸੀ ਉਂਝ ਉਹ ਤੇਜੂ ਹੀ ਸੀ ਤੇ ਉਹਨਾਂ ਦੇ ਨਾਲੋਂ ਸਰਦਾਰ ਸਿਰਫ ਕਾਗਜ਼ਾਂ ਵਿੱਚੋਂ ਹੀ ਲੱਥਾ ਸੀ ਤੇ ਉਹ ਜੂ ਉਹ ਸਰਦਾਰ ਹੀ ਸਨ ਪਰ ਕਿਉਂਕਿ ਜ਼ਮਾਨੇ ਨਵੇਂ ਆ ਗਏ ਸਨ ਅਤੇ ਇਹਨਾਂ ਵਿੱਚ ਨਵੀਆਂ ਢੰਗ ਤਰ੍ਹਾਂ ਸਿੱਖ ਕੇ ਹੀ ਚੱਲਿਆ ਜਾ ਸਕਦਾ ਸੀ ਭਾਵੇਂ ਲੋਕ ਇਹ ਵੀ ਆਖਦੇ ਸਨ ਕਿ ਇਹ ਤਾਂ ਐਵੇਂ ਸਮੇਂ ਦੀਆਂ ਗੱਲਾਂ ਸਨ ਅਤੇ ਪੈਸੇ ਦੀ ਸਰਦਾਰੀ ਸਦਾ ਪੈਸੇ ਦੀ ਸਰਦਾਰੀ ਹੁੰਦੀ ਹੈ ਉਹ ਸਰਦਾਰੀ ਕਾਇਮ ਰਹਿਣੀ ਹੀ ਸੀ ਪਰ ਤੇਜੂ ਕਹਿੰਦਾ ਸੀ ਕਿ ਜੇ ਉਹ ਨਾ ਸਮਝਾਉਂਦਾ ਤਾਂ ਕਪਤਾਨਾਂ ਨੇ ਜ਼ਮਾਨੇ ਨਾਲੋਂ ਪਛੜ ਜਾਣਾ ਸੀ ਉਸ ਦਾ ਖਿਆਲ ਸੀ ਕਿ ਉਸ ਨੇ ਹੀ ਸਰਦਾਰਾਂ ਦੀ ਸਰਦਾਰੀ ਕਾਇਮ ਰੱਖੀ ਸੀ ਲੋਕ ਕਹਿੰਦੇ ਸਨ ਕਿ ਉਹਨਾਂ ਵੋਟਾਂ ਪਾ ਕੇ ਸਰਦਾਰਾਂ ਨੂੰ ਸਰਦਾਰ ਬਣਾਈ ਰੱਖਿਆ ਸੀ ਅਤੇ ਸਰਦਾਰ ਸਨ ਜੋ ਕੋਠੇ ਵਿੱਚ ਬੈਠੇ ਵਿਸਕੀ ਦਾ ਪੈਗ ਡੀਕ ਕੇ ਮੁੱਛਾਂ ਤੇ ਤਾ ਦੇ ਕੇ ਕਹਿੰਦੇ ਸਨ ਸਾਡੀ ਸਰਦਾਰੀ ਤੋਂ ਆਈ ਹੈ ਪਰ ਲੋਕਾਂ ਵਿੱਚ ਖੜ ਕੇ ਆਖਦੇ ਜਨਤਾ ਸਾਡੀ ਮਾਈ ਹੈ ਸ਼ਾਇਦ ਸਾਰੇ ਆਪੋ ਆਪਣੀ ਥਾਂ ਤੇ ਸੱਚੇ ਸਨ ਲੋਕ ਸਰਦਾਰ ਅਤੇ ਤੇਜੂ ਤਿੰਨੇ ਧਿਰਾਂ ਹੀ ਤੇਜੂ ਲੋਕਾਂ ਨੂੰ ਅੱਗੇ ਵਧਾਉਂਦਾ ਰਿਹਾ ਪਰ ਆਪ ਪਿੱਛੇ ਹੀ ਪਿੱਛੇ ਜਾਂਦਾ ਰਿਹਾ ਜਿਵੇਂ ਸਮੇਂ ਦੀ ਮੁੱਠੀ ਵਿੱਚੋਂ ਹੌਲੀ-ਹੌਲੀ ਰੇਤ girਦੀ ਜਾ ਰਹੀ ਹੋਵੇ ਜਿਵੇਂ ਲੱਕੜ ਦੀ ਛਤੀਰੀ ਨੂੰ ਅੰਦਰੋਂ ਅੰਦਰ ਸਿਉਂਕ ਨੇ ਚੱਟ ਕੇ ਖੋਖਲਾ ਕਰ ਦਿੱਤਾ ਹੋਵੇ ਜਿਵੇਂ ਕੋਈ ਐਬ ਨਹੀਂ ਸੀ ਮਿਹਨਤ ਸੀ ਡਟਵਾ ਕੰਮ ਕਰਦਾ ਸੀ ਹਿੱਸੇ ਠੇਕੇ ਤੇ ਪਹਿਲੀ ਲੈ ਕੇ ਪੁੱਤ ਨਾਲ ਜੁਟਿਆ ਰਹਿੰਦਾ ਨਿੱਕੇ ਨਿੱਕੇ ਮਾੜੇ ਮਾੜੇ ਉਹਨਾਂ ਦੇ ਸੰਡੇ ਸਨ ਅਤੇ ਉਸੇ ਤਰ੍ਹਾਂ ਦੇ ਓਪਿਓ ਪੁੱਤ ਆਪ ਤੇ ਲੋਕ ਉਹਨਾਂ ਨੂੰ ਕਈ ਵਾਰ ਪਿੱਠ ਪਿਛੇ ਮੈਰੂ ਕਹਿੰਦੇ ਕਈ ਵਾਰ ਤਾਂ ਮੂੰਹ ਤੇ ਵੀ ਕਹਿ ਦਿੰਦੇ ਪਰ ਉਹਨਾਂ ਦੇ ਇੰਨਾ ਕੰਮ ਕਰਨ ਦੇ باوجود ਵੀ ਕਿਸਮਤ ਉਹਨਾਂ ਦਾ ਸਾਥ ਨਹੀਂ ਸੀ ਦੇ ਰਹੀ ਬਹੁਤੀ ਵਾਰ ਤਾਂ ਉਹਨੂੰ ਹਿੱਸੇ ਠੇਕੇ ਚੋਂ ਕੁਝ ਵੀ ਨਾ ਬਚਦਾ ਆਪਣੀ ਮਾੜੀ ਵਾਹੀ ਦੇ ਉਦਾਹਰਣ ਦਿੰਦਿਆਂ ਉਸਨੇ ਪਿਛਲੇ ਸਾਲ ਦੱਸਿਆ ਸੀ ਉਸਨੇ ਪਿਛਲੇ ਸਾਲ ਮਾਸਟਰ ਰਾਜਪਾਲ ਦੀ ਜ਼ਮੀਨ ਹਿੱਸੇ ਤੇ ਬੀਜੀ ਖਾਦ ਪਾਣੀ ਦਾ ਖਰਚ ਮਾਸਟਰ ਨੇ ਪਹਿਲਾਂ ਆਪਣੇ ਵੱਲੋਂ ਦੇਣਾ ਸੀ ਤੇ ਪਿੱਛੋਂ ਫਸਲ ਆਉਣ ਤੇ ਉਸ ਚੋਂ ਤੇ ਜ਼ੂ ਦਾ ਹਿੱਸਾ ਕੱਟਣਾ ਸੀ ਕੁਝ ਕਣਕ ਉਸਨੇ ਮਾਸਟਰ ਤੋਂ ਸਿਆਲ ਵਿੱਚ ਲੈ ਕੇ ਖਾਦੀ ਸੀ ਅਤੇ 100 ਰੁਪਇਆ ਲੋੜ ਵੇਲੇ ਫੜਿਆ ਸੀ ਸਾਲ ਦੇ ਅਖੀਰ 'ਚ ਜਦੋਂ ਤੇਜੂ ਫਸਲ ਜੋਖ ਕੇ ਸ਼ਾਮ ਨੂੰ ਮਾਸਟਰ ਦੇ ਘਰ ਹਿਸਾਬ ਕਰਨ ਗਿਆ ਤਾਂ ਤੇਜੂ ਕਹਿੰਦਾ ਸੀ ਸਬ ਕਿਤਾਬ ਕੀਤਾ ਤਾਂ ਸਾਰਾ ਘਟ ਘਟਾ ਕੇ ਮੈਨੂੰ ਕੁਝ ਦੇਣ ਦੀ ਥਾਂ ਉਲਟੇ 3 ਰੁਪਏ ਮੇਰੇ ਵੱਲ ਕੱਢ ਮਾਰੇ ਤੇ ਆਂਦਾ ਜੇ ਕੋਲ ਹੈ ਹੀ ਤਾਂ ਉਹ ਵੀ ਦੇ ਜਾ ਮੈਨੂੰ ਹਿਰ ਖਾਇਆ ਬੈਠਾ ਹੀ ਘਰ ਸੀ ਮੇਰਾ ਜੀ ਕੀਤਾ ਕਿਤੇ ਪਾਸੇ ਹੋਵੇ ਤਾਂ ਦਿਆਂ ਇਹਨੂੰ ਉਹ ਆਹੋ ਵੀਰ ਮੇਰਾ ਕਾਣੀ ਗੇੜ ਤੇ سلسلہ ਆਈ ਵਾਈਆਂ ਵੀ ਪੈਸੇ ਦੀਆਂ ਤੇ ਪੈਸਾ ਉਹਦੇ ਕੋਲ ਨਹੀਂ ਸੀ ਇਸ ਲਈ ਜ਼ਮੀਨ ਵੀ ਉਸ ਕੋਲ ਨਾ ਰਹੀ ਹੌਲੀ-ਹੌਲੀ ਵਿਕ ਗਈ। ਉਹਦਾ ਪੁੱਤਰ ਤਾਰਾ ਸ਼ਰੀਕਾਂ ਦਾ ਕਾਮਾ ਬਣ ਗਿਆ। ਹੁਣ ਉਹ ਆਪਣੀਆਂ ਅਕਲ ਦੀਆਂ ਕਾਪੀਆਂ ਦੇ ਬਾਰੇ ਵੀ ਚਰਚਾ ਨਹੀਂ ਸੀ ਕਰਦਾ। ਪਰ ਫਿਰ ਵੀ ਉਸ ਨੂੰ ਰੋਂਦਿਆਂ ਝੂੜਦਿਆਂ ਕਿਸੇ ਘਟ ਹੀ ਵੇਖਿਆ ਸੀ। ਪਲ ਦੇ ਪਲ ਜੇ ਗਮ ਦੀ ਕੋਈ ਲਕੀਰ ਉਸ ਦੇ ਮੱਥੇ ਤੇ ਆਉਂਦੀ ਤਾਂ ਉਹ ਸਾਫੇ ਨਾਲ ਪਹੁੰਚ ਕੇ ਕੋਈ ਨਾ ਕੋਈ ਗੱਲ ਛੂ ਬੈਠਦਾ। ਐਤ ਕੀ ਸੰਗਰਾਦ ਵਾਲੇ ਦਿਨ ਭੋਗ ਤੋਂ ਪਿੱਛੋਂ ਕੜਾ ਪ੍ਰਸ਼ਾਦ ਵਰਤਣ ਦੇ ਸਮੇਂ ਵਿੱਚ ਕੜੀ ਸ਼ੁਗਲ ਮੇਲੇ ਵਾਸਤੇ ਸਰਦਾਰ ਗੁਰਬਚਨ ਸਿੰਘ ਨੇ ਉਹਦੀ ਤੰਦਰੁਸਤੀ ਬਾਰੇ ਤਾਰੇ ਦੇ ਜੱਟ ਤੋਂ ਕਮੀਨ ਹੋ ਜਾਣ ਬਾਰੇ ਅਫਸੋਸ ਵਰਗਾ ਕੁਝ ਕਰਦਿਆਂ ਤਮਹੀਦ ਬੱਧੀ ਤੇ ਫਿਰ ਉਹਦੀਆਂ ਅਕਲ ਦੀਆਂ ਕਾਪੀਆਂ ਨੂੰ ਮੇੜਾ ਮਾਰਿਆ ਜਿਨ੍ਹਾਂ ਦੇ ਹੁੰਦਿਆਂ ਸੁੰਦਿਆਂ ਉਸੇ ਇਹ ਹਾਲਤ ਹੋ ਗਈ ਸੀ ਤੇਜੂ ਮੈਲੀ ਪੱਗ ਦਾ ਮੱਥੇ ਸਰਕ ਆਇਆ ਪੱਲਾ ਉਤਾਹ ਕਰਦਿਆਂ ਨਿੱਕੀਆਂ ਨਿੱਕੀਆਂ ਅੱਖਾਂ ਖੋਲ ਕੇ ਉਸ ਵੱਲ ਝਾਕਿਆ ਤੇ ਫਿਰ ਦੰਦਾਂ ਦੀ ਵਿਰਲ ਵਿੱਚੋਂ ਮੁਸਕਰਾਇਆ ਕਾਪੀਆਂ ਤਾਂ ਤੁਹਾਨੂੰ ਦੇਤੀਆਂ ਸਾਰੀਆਂ ਸਰਦਾਰਾ ਨਹੀਂ ਚਾਚਾ ਗੱਲ ਨਾ ਟਾਲ ਨਹੀਂ ਗੱਲ ਕੀ ਟਾਲਣੀ ਆ ਗੱਲ ਕੀ ਟਾਲਣੀ ਆ ਤੇਜੂ ਜਿਵੇਂ ਗੱਲ ਟਾਲ ਰਿਹਾ ਸੀ ਉਹ ਉਹਨਾਂ ਵੱਲ ਕੜਾ ਵਰਤਾਈ ਆਉਂਦੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਲੱਖਣ ਸਿੰਘ ਨੂੰ ਸੰਬੋਧਿਤ ਹੋਇਆ ਆਓ ਜੀ ਬਾਬਾ ਜੀ ਮਹਾਰਾਜ ਮਹਾਪੁਰਖੋ ਬاہر ਜੀ ਦਾ ਖਾਲਸਾ ਧੰ ਹੋ ਧੰ ਹੋ ਸੁਲੱਖਣ ਸਿੰਘ ਪਰਵੀਆਂ ਮੁੱਛਾਂ ਵਿੱਚੋਂ ਮੁਸਕਰਾਉਂਦਾ ਥਾਲੀ ਉੱਤੋਂ ਦੀ ਸਿਰ ਨਵਾ ਕੇ ਕੜਾ ਵਰਤਾਂਦਿਆਂ ਲੰਘ ਗਿਆ ਤਾਂ ਤੇਜੂ ਨੇ ਜਿਵੇਂ ਉਸ ਨੂੰ ਸੁਣਾ ਕੇ ਕਿਹਾ ਸਭ ਅਕਾਲ ਪੁਰਖ ਦੀ ਮਰਜ਼ੀ ਆ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਤਾਂ ਮੇਰੀਆਂ ਕਾਪੀਆਂ ਦੇ ਪੱਤਰੇ ਕਿਵੇਂ ਖੁੱਲਦੇ ਨਾਲੇ ਇਹ ਜਾਦੂ ਆਪਣੇ ਤੇ ਨਹੀਂ ਚੱਲਦਾ ਹੁੰਦਾ ਜਦੋਂ ਉਸਨੇ ਦੇਖਿਆ ਸੁਲੱਖਣ ਸਿੰਘ ਅਗਾ ਲੰਗ ਗਿਆ ਹੈ ਤਾਂ ਉਹ ਉੱਚੀ ਬੋਲਣੋਂ ਹਟ ਕੇ ਹੌਲੀ ਜਹੀ ਕੋਈ ਭੇਦ ਖੋਲਣ ਵਾਂਗ ਬੋਲਿਆ ਠਾਗੀ ਠੱਗਾ ਦਾ ਵੱਡਾ ਕੰਜਰ ਨਿਊੜੀਆਂ ਵੇਖ ਪਰ ਬਾ ਨਿਊਵੇਂ ਨਾ ਤਾਂ ਪੱਟਾਂ ਤੋਂ ਕਿਵੇਂ ਚੁੱਕੇ ਅਗਲੇ ਨੂੰ ਕਾਣੀ ਗੇੜ ਤੇ ਸਿਲਸਿਲਾ ਆਈ ਤੇਜੂ ਦੀ ਗੱਲ ਸੁਣ ਕੇ ਗੁਰਬਚਨ ਸਿੰਘ ਸਮੇਤ ਉਸ ਦੇ ਦੁਆਲੇ ਬੈਠੇ ਆਦਮੀ ਹੱਸ ਪਏ ਪਰ ਗੁਰਬਚਨ ਸਿੰਘ ਕਦੇ ਤਾਰੇ ਬਾਰੇ ਉਸਾਰੇ ਉਸਤੇ ਸੁਪਨ ਮਹੱਲਾ ਬਾਰੇ ਉਸ ਨੂੰ ਪੁੱਛ ਰਿਹਾ ਸੀ ਤੇ ਫਿਰ ਗੁਰਬਚਨ ਸਿੰਘ ਨੂੰ ਜਿਵੇਂ ਕੋਈ ਵਧੀਆ ਸਾਹਿਤਿਕ ਵਾਕ ਸੁਝ ਗਿਆ ਸੀ ਤੇ ਇਹ ਵਾਕ ਨੂੰ ਉਸਨੇ ਖੁਸ਼ੀ ਵਿੱਚ ਦੋ ਤਿੰਨ ਵਾਰ ਦੁਹਰਾਇਆ ਸੀ ਚਾਚਾ ਤੇਰਾ ਤਾਰਾ ਚਮਕਿਆ ਨਹੀਂ ਤਾਰਾ ਚਮਕਣਾ ਚਾਹੀਦਾ ਸੀ ਰੱਬ ਦੀਆਂ ਗੱਲਾਂ ਨੇ ਦੱਸਿਆ ਤਾਂ ਹੈ ਤਾਰੇ ਨੂੰ ਚਮਕਣਾ ਚਾਹੀਦਾ ਸੀ ਤਾਰਾ ਚਮਕੇ ਨਾ ਤਾਂ ਕਦਾ ਤਾਰਾ ਹੋਇਆ ਤੇ ਫਿਰ ਤੇਰਾ ਤਾਰਾ ਤੇਜੂ ਨੇ ਕੜਾ ਵਾਲੇ ਥਿੰਦੇ ਹੱਥ ਰਗੜ ਕੇ ਮੂੰਹ ਤੇ ਮਲੇ ਤੇ ਫਿਰ ਜਿਵੇਂ ਇੱਕ ਨਵਾਂ ਭੇਦ ਖੋਲਣ ਲੱਗਾ ਹੋਵੇ ਗੱਲ ਵੱਡੀ ਤੇ ਮੂੰਹ ਛੋਟਾ ਪਰ ਸਰਦਾਰਾ ਆਪਣਾ ਮੂੰਹ ਤਾਂ ਪਾਟਾ ਹੋਇਆ ਰੱਬ ਪਹਿਲਾਂ ਕਦੇ ਸਾਡੇ ਵੀ ਨੇੜੇ ਹੁੰਦਾ ਹੋਊ ਆਂਦੇ ਨੇ ਸਿਰਫ ਕੋਠੇ-ਕੋਠੇ ਜਿੱਡਾ ਉੱਚਾ ਸੀ ਕਿਸੇ ਜਨਾਨੀ ਨੇ ਨਿੱਕਾ ਨਿਆਣਾ ਪੈਰਾਂ ਤੇ ਬਿਠਾਇਆ ਸੀ ਉਹਨੂੰ ਨਿਆਣੇ ਨੂੰ ਪੁੰਜਣ ਲਈ ਜਦੋਂ ਕਿਤੇ ਕੋਈ ਟਾਕੀ ਨਾ ਲੱਭੀ ਤਾਂ ਉਹਨੇ ਉੱਠ ਕੇ ਇੱਕ ਤਾਰਾ ਤੋੜਿਆ ਤੇ ਉਹਦੇ ਨਾਲ ਮੁੰਡੇ ਦਾ ਪਿੱਛਾ ਪੁੰਝਦਾ ਤੇ ਵੀਰ ਮੇਰਿਆ ਰੱਬ ਉਸ ਵੇਲੇ ਸਾਡੇ ਸਿਰ ਤੋਂ ਗੜਗੜ ਕਰਦਾ ਦੂਰ ਚਲਿਆ ਗਿਆ ਤਾਂ ਚੜ ਗਿਆ ਕਹਾਣੀ ਗੇੜ ਤੇ سلسلہ ਆਈ ਇਹ ਕੀ ਗੱਲ ਬਣੀ ਫਿਰ ਗੱਲ ਇਹ ਬਣੀ ਪਈ ਭਈ ਤੇਰੀ ਮਾਂ ਜਾਂ ਤੇਰੇ ਪਿਓ ਦੀ ਮਾਂ ਜਾਂ ਤੁਹਾਡੇ ਕਿਸੇ ਵੱਡੇ ਵਡੇਰੇ ਦੀ ਮਾਂ ਸੀ ਉਹ ਜਨਾਨੀ ਤੇ ਜਿਹੜੇ ਤਾਰੇ ਨਾਲ ਮੁੰਡੇ ਦਾ ਪਿੱਛਾ ਪੂੰਝਿਆ ਗਿਆ ਸੀ ਉਹ ਤਾਰਾ ਸਾਡਾ ਕੋਈ ਵੱਡਾ ਵਡੇਰਾ ਜਾਂ 100 ਵਿਸਵੇ ਮੈਂ ਜਾਂ ਸਾਡਾ ਤਾਰਾ ਹੀ ਹੋਊ ਕਹਾਣੀ ਗਿੜ ਤੇ سلسلہ ਆਈ ਤੇ ਤੁਹਾਡੇ ਗੂ ਨਾ ਲਿਬੜੇ ਤਾਰੇ ਕਿਵੇਂ ਚਮਕਣ ਪਾਉ ਸਰਦਾਰ ਬਚਨ ਸਿਆਂ ਤੇ ਉਹ ਸਾਫਾ ਝਾੜਦਾ ਉੱਠ ਤੁਰਿਆ ਸੀ ਹਾਸੇ ਦੀ ਬਾਛੜ ਖਲੇਰਦਾ ਹੋਇਆ ਅਤੇ ਆਪਣੇ ਪਿੱਛੇ ਦੁੱਖਾਂ ਦਾ ਸੰਗਣਾ ਪਰਛਾਵਾਂ ਕਸੀਟਦਾ ਹੋਇਆ ਤੇ ਇੰਜ ਉਹ ਹਰ ਹਾਲਤ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਆਪਣੇ ਦੁੱਖਾਂ ਦੀਆਂ ਕਹਾਣੀਆਂ ਆਪ ਆਪਾ ਸੁਣਾਉਂਦਾ ਸਗੋਂ ਹਰ ਵੇਲੇ ਚੜਦੀ ਕਲਾ ਵਿੱਚ ਦਿਸਣ ਦਾ ਯਤਨ ਕਰਦਾ ਜਦੋਂ ਕੋਈ ਉਸਦੀ ਵਾਹੀ ਬਾਰੇ ਪੁੱਛ ਬੈਠਦਾ ਸੁਣਾ ਫਿਰ ਕਿੰਨੀ ਕੁ ਬੀਜੀ ਐਤ ਕੀ ਬੜੀ ਬੀਜੀ ਐ ਵਾਧੂ ਤਦ ਵੀ ਕਿੰਨੀ ਕੁ ਬਸ ਧਰਤੀ ਆਪਣੀ ਐ ਕਿ ਹੋਰ ਪੱਠੇ ਦੱਥੇ ਦੀ ਸੁਣਾ ਫਿਰ ਵਾਦੂ ਵਾਦੂ ਪੱਠਾ ਦਿੱთა ਬੇੰਤ ਗੁਰੂ ਦੀ ਮੇਰ ਆ ਛਟਾਲਾ ਕੇ ਸੇਂਜੀ ਵੀਰ ਮੇਰਿਆ ਪੁੱਛ ਕੁਜ ਨਾ ਬਾਹਰੋਂ ਲਿਆਂਦੀਆਂ ਨੇ ਸਰਕੜ ਮਰਕੜ ਦੀਆਂ ਪੰਡਾਂ ਟੋਕੇ ਤੇ ਕਰੜ ਕਰੜ ਕਰਕੇ ਕੁਤਰੀ ਦੀਆਂ ਅਤੇ ਮਰੜ ਮਰੜ ਕਰਕੇ ਡੰਗਰ ਛਕ ਜਾਂਦੇ ਆ ਕਾਣੀ ਗੇੜ ਤੇ ਸਿਲਸਿਲਾ ਆਈ ਉਹ ਹੱਸ ਪੈਂਦਾ ਜਿਵੇਂ ਸਭ ਕਾਸੇ ਦਾ ਮੂੰਹ ਚੜਾ ਰਿਆ ਹੋਵੇ ਮੂੰਹ ਤੇ ਉਹ ਕਿਸੇ ਨੂੰ ਘੱਟ ਹੀ ਬੁਰਾ ਕਹਿੰਦਾ ਸੀ ਕਿਉਂ ਕਿਉਂ ਸਮਝਦਾ ਸੀ ਜੱਗ ਹੱਸ ਦੰਦਾਂ ਦੀ ਪ੍ਰੀਤ ਐ ਇੱਥੇ ਬੈਠੇ ਕਿਸੇ ਨਹੀਂ ਰਹਿਣਾ ਮੇਲਾ ਦੋ ਦਿਨ ਦਾ ਉੰਜ ਪਿੱਛੋਂ ਉਹ ਮਨਮਰਜ਼ੀ ਅਨੁਸਾਰ ਕਿਸੇ ਨੂੰ ਕੋੜਾ ਫਿੱਕਾ ਬੋਲ ਕੇ ਮਨ ਦੀ ਪੜਾਸ ਵੀ ਕੱਢ ਲੈਂਦਾ ਪਰ ਅੰਦਾਜ਼ ਉਸ ਦਾ ਖਿਜੂ ਦੀ ਥਾਂ ਹਸਾਉਣਾ ਹੀ ਹੁੰਦਾ ਜਿਵੇਂ ਹੁਣ ਇਹ ਹੀ ਜਦੋਂ ਕਪਤਾਨ ਨਾਜ਼ਰ ਸਿੰਘ ਅਫਸੋਸ ਕਰਕੇ ਤੁਰਨ ਲੱਗਾ ਤਾਂ ਸਾਰੇ ਕਹਿ ਰਹੇ ਸਨ ਕਿ ਉਸਨੇ ਬੜਾ ਚੰਗਾ ਕੀਤਾ ਸੀ ਆਕੇ ਇਹ ਤਾਂ ਆਂਡ ਗਵਾਂਡ ਤੇ ਵੱਡੇ ਆਦਮੀਆਂ ਦਾ ਹੁੰਦਾ ਕਿ ਉਹ ਮਾੜੇ ਦੀ ਪਿੱਠ ਉੱਤੇ ਹੱਥ ਰੱਖੇ ਔਖੇ ਵੇਲੇ ਹਮਦਰਦੀ ਕਰੇ ਤਾਂ ਕਿਹੜੀ ਘੱਟ ਗੱਲ ਐ ਤੇ ਜੇ ਤੇਜੂ ਜਿਉਂਦਾ ਹੁੰਦਾ ਤਾਂ ਹੋਰ ਵੀ ਉਸ ਤੇ ਅਤੇ ਉਸ ਦੇ ਲੜਕੇ ਗੁਰਬਚਨ ਸਿੰਘ ਦੀ ਸਰਦਾਰੀ ਤੇ ਚੜ੍ਹਦੀ ਕਲਾ ਦੇ ਸੋਲੇ ਗੋਂਦਾ ਪਰ ਜਦੋਂ ਨਾਜ਼ਰ ਸਿੰਘ ਬੂਹੇ ਉਂ ਬਾਰ ਹੋ ਗਿਆ ਤਾਂ ਆਖਣਾ ਸੀ ਬੜੇ ਕੁੜੀ ਦੇਣੀਏ ਸਿਪਲੇ ਨੇ ਸਿਪਲੇ ਜੇ ਐਦਾਂ ਮਿੱਠੇ ਨਾ ਹੋਣ ਤਾਂ ਸਾਡੀ ਢੋਈ ਕਿਵੇਂ ਕੁੱਟਣ ਆਹੋ ਵੀਰ ਮੇਰੇ ਆ ਕਹਾਣੀ ਗੇੜ ਤੇ ਸਿਲਸਿਲਾ ਆਈ ਕਪਤਾਨ ਬੂਇਓ ਬਾਰ ਹੋਇਆ ਤਾਂ ਸਾਰਿਆਂ ਛੇਤੀ ਨੁਹਾ ਕੇ ਸਸਕਾਰ ਕਰਨ ਦਾ ਪ੍ਰੋਗਰਾਮ ਬਣਾਇਆ ਉਹ ਕਹਿ ਰਹੇ ਸਨ ਕਿ ਦਿਨ ਛੋਟੇ ਸਨ ਅਤੇ ਜਿਹੜਾ ਕੰਮ ਛੇਤੀ ਹੋ ਜਾਏ ਉਹ ਚੰਗਾ ਸੀ ਫਿਰ ਲੋਕਾਂ ਆਪਣੇ ਸੌ ਕੰਮ ਧੰਦੇ ਕਰਨੇ ਸਨ ਪੱਠਾ ਦੱਥਾ ਲਿਹਾਉਣਾ ਸੀ ਪਰ ਅਜੇ ਤੀਕ ਤਾ ਖੱਫਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਹੋਇਆ ਜਦੋਂ ਦੀਪ ਸਿੰਘ ਤੋਂ ਇਹਦਾ ਪਤਾ ਲੱਗਾ ਤਾਂ ਇੱਕ ਜਣਾ ਬੋਲਿਆ ਕਰੋ ਫਿਰ ਪ੍ਰਬੰਧ ਕਰਨਾ ਕਦੋਂ ਹੁਣ ਲੱਕੜ ਲਈ ਤਾਂ ਕੱਲਿਆ ਮੈਂ ਮੁੰਡੇ ਨੂੰ ਕਾਰੀਗਰ ਵੱਲ ਕਿ ਸਾਰੀ ਚਿਰਾ ਕੇ ਮੜੀਆਂ ਨੂੰ ਗੱਡੇ ਤੇ ਲੈ ਜਾਵੇ ਪਰ ਖੱਫਣ ਲਈ ਅਜੇ ਗੱਲ ਉਸਦੇ ਮੂੰਹ ਵਿੱਚ ਹੀ ਸੀ ਕਿ ਫਿਰਨੀਓ ਪਰਲੇ ਪਾਸੇੋਂ ਸਟਾਰਟ ਹੋਈ ਜੀਪ ਕੋਠੀ ਵਿੱਚੋਂ ਸਟਾਰਟ ਹੋ ਕੇ ਤੇਜੂ ਦੇ ਬੂਹੇ ਅੱਗੇ ਆ ਖੜੀ ਵਿੱਚੋਂ ਗੁਰਬਚਨ ਸਿੰਘ ਅਤੇ ਪਿੰਡ ਦੇ ਪਟਵਾਰੀ ਨਿਕਲੇ ਕੋਲ ਆ ਕੇ ਗੁਰਬਚਨ ਸਿੰਘ ਖੜੋ ਗਿਆ ਕਾਲੇ ਕੋਟ ਪੈਂਟ ਵਿੱਚ ਕੱਸਿਆ ਹੋਇਆ ਮੈਂ ਸ਼ਹਿਰ ਚੱਲਿਆ ਸਾਂ ਸੁਣਿਆ ਤਾਂ ਬੜਾ ਦੁੱਖ ਹੋਇਆ ਮੈਂ ਬਾਪੂ ਜੀ ਨੂੰ ਭੇਜਿਆ ਸੀ ਹੁਣ ਮੈਂ ਚੱਲਿਆ ਸਾਂ ਤਾਂ ਆਖਿਆ ਜਾਂਦਾ ਜਾਂਦਾ ਹੋਈ ਜਾਵਾਂ ਤਾਰਾ ਕਿੱਥੇ ਐ ਬਈ ਤੇਰੇ ਬਾਪ ਵੱਲੋਂ ਬੜੀ ਮਾੜੀ ਹੋਈ ਐ ਹਾਂ ਤੇ ਹੁਣ ਦੇਰ ਕੀ ਐ ਦੀਪ ਸਿੰਘ ਨੇ ਖਫਣ ਬਾਰੇ ਦੱਸਿਆ ਤਾਂ ਉਸੇ ਵੇਲੇ ਗੁਰਬਚਨ ਸਿੰਘ ਨੇ ਕੋਟ ਦੀ ਜੇਬ ਵਿੱਚੋਂ ਬਟੂਆ ਕੱਢਿਆ ਅਤੇ ਗੂਲੇ ਗੋਰੇ ਪੋਲੇ ਹੱਥਾਂ ਨਾਲ ਕੁਝ ਖੜਕਦੇ ਨੋਟ ਤਾਰੇਵਾਲ ਕੱਢ ਕੇ ਵਧਾਏ। ਜਾ ਬਿਹਾਰੀ ਦੀ ਹੱਟੀ ਤੋਂ ਕੱਪੜਾ ਲੈ ਕੇ ਆ ਟੇਕਿਆ। ਤੂੰ ਮੈਨੂੰ ਪਹਿਲਾਂ ਦੱਸਣਾ ਸੀ। ਆਪਣਾ ਤੇ ਬੜਾ ਜੁੱਟ ਸੀ ਚਾਚਾ ਤੇਜਾ ਸੌ। ਸਾਨੂੰ ਤੇ ਭਈ ਉਹਨੇ ਅਕਲਦੀਆਂ ਬੜੀਆਂ ਕਾਪੀਆਂ ਪੜ੍ਹ ਕੇ ਸੁਣਾਈਆਂ। ਗੁਰਬਚਨ ਸਿੰਘ ਮੁਸਕਰਾਇਆ ਤੇ ਦੂਜੇ ਲੋਕੀ ਵੀ ਫਰਜ਼ ਸਮਝ ਕੇ ਉਹਦੇ ਨਾਲ ਠਿੱਕਾ ਜਿਹਾ ਮੁਸਕਰਾਏ। ਦੀਪ ਸਿੰਘ ਤੇ ਤਾਰਾ ਸਿੰਘ ਕੱਪੜਾ ਖਰੀਦਣ ਤੁਰ ਪਏ। ਪਟਵਾਰੀ ਨੇ ਉਹਦੀ ਜ਼ਿੰਦਾਦਿਲੀ ਬਾਰੇ ਕਹਾਣੀ ਸੁਣਾਈ ਇੱਕ ਵਾਰੀ ਗਰਦੌਰੀ ਕਰਨ ਗਿਆ ਪਟਵਾਰੀ ਬਾਹਰਲੇ ਗੁਰਦੁਆਰੇ ਅੰਬਾਂ ਦੀ ਛਾਂ ਹੇਠ ਬੈਠਾ ਸੀ ਤੇਜੂ ਨੇ ਉੱਥੇ ਚਾਹ ਤਰੀ ਹੋਈ ਸੀ ਤੇ ਪਟਵਾਰੀ ਨੂੰ ਕਹਿ ਰਿਹਾ ਸੀ ਮਹਾਰਾਜ ਚਾਹ ਛੱਕ ਕੇ ਜਾਇਓ ਪਦਾਰਥ ਪਾਈ ਨੇ ਵਿੱਚ ਬੜੇ ਪਦਾਰਥ ਕਿਧਰੇ ਇਲਾਚੀਆਂ ਕਿਧਰੇ ਮਿਸ਼ਰੀਆਂ ਤੇ ਜਦੋਂ ਪਟਵਾਰੀ ਦੇ ਸਾਹਮਣੇ ਬਾਟੀ ਲਿਆ ਕੇ ਤਰੀ ਤਾਂ ਪਤਾ ਲੱਗਾ ਕਿੱਕ ਕਰ ਦੇ ਸੱਕ ਲੂਣ ਪਾ ਕੇ ਉਬਾਲੇ ਸਨ ਅਤੇ ਉਹ ਕਹਿ ਰਿਹਾ ਸੀ ਪਟਵਾਰੀ ਜੀ ਮਾਫੀ ਫਰਮਾਉਣਾ ਸਮੁੰਦਰ ਤੋਂ ਬਿਨਾਂ ਹੀ ਹੈ ਕਿਉਂਕਿ ਗੁਰਬਚਨ ਸਿੰਘ ਨੂੰ ਕਾਲੀ ਸੀ ਇਸ ਲਈ ਪਟਵਾਰੀ ਅਤੇ ਉਹ ਫਤੇ ਬੁਲਾ ਕੇ ਤੁਰ ਗਏ ਅਜੇ ਕਪੜਾ ਖਰੀਦ ਕੇ ਨਹੀਂ ਸੀ ਲਿਆਂਦਾ ਗਿਆ ਇਸ ਲਈ ਵਿਚਲੇ ਸਮੇਂ ਨੂੰ ਕਿਸੇ ਬਜ਼ੁਰਗ ਨੇ ਮناسب ਸਮਝ ਕੇ ਤੇਜੂ ਬਾਰੇ ਇੱਕ ਹੋਰ ਕਹਾਣੀ ਦੱਸ ਦੇਣੀ ਠੀਕ ਸਮਝੀ ਉਹ ਦੱਸ ਰਿਹਾ ਸੀ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਕ ਵਾਰ ਤੇਜੂ ਫੱਤੂ ਅਰਾਈ ਨਾਲ ਜ਼ਿੱਦ ਪਿਆ ਸੀ ਤੇ ਉਹਦੇ ਨਾਲ ਝੁਲਣ ਲਈ ਤਿਆਰ ਹੋ ਗਿਆ ਸੀ ਲੋਕਾਂ ਵੀ ਤਮਾਸ਼ਾ ਵੇਖਣ ਲਈ ਹੱਲਾਸ਼ੇਰੀ ਦਿੱਤੀ ਪਰ ਤੇਜੂ ਅੜ ਗਿਆ ਕਿ ਉਹ ਪੈਲੀ 'ਚ ਨਹੀਂ ਛੱਪੜ 'ਚ ਝੁਲੇਗਾ ਲੋਕਾਂ ਦੀ ਭੀੜ ਖਿੱਲੀ ਮਚਾਉਂਦੀ ਉਹਨਾਂ ਨੂੰ ਛੱਪੜ ਵੱਲ ਲੈ ਤਰੀ ਗਲਗਲ ਪਾਣੀ 'ਚ ਉਹ ਤੇ ਫੱਤੂ ਟਹਿ ਬਾਇ ਫੱਤੂ ਲੰਮਾ ਜਵਾਨ ਤੇ ਉਂਝ ਵੀ ਤਕੜਾ ਸੀ ਤੇ ਤੇਜੂ ਮਾੜਾ ਤੇ ਮਧਰਾ ਫੱਤੂ ਨੇ ਧੋਣੋਂ ਫੜ ਕੇ ਤੇਜੂ ਨੂੰ ਗੋਤਾ ਦਿੱਤਾ ਜਦੋਂ ਵੀ ਉਹ ਸਿਰ ਹਿਲਾਉਂਦਾ ਰਤਾ ਪਾਣੀ ਚੋਂ ਬਾਹਰ ਹੁੰਦਾ ਤਾਂ ਫੱਤੂ ਸਿਰ ਤੇ ਪਟੋਕੀ ਮਾਰਦਾ ਤੇ ਉਸ ਨੂੰ ਫਿਰ ਪਾਣੀ ਵਿੱਚ ਡੇਕ ਦਿੰਦਾ ਲੋਕਾਂ ਪਾਣੀ 'ਚ ਜਾ ਕੇ ਛੁਡਾਇਆ ਕਿਤੇ ਮਾਰੀ ਨਾ ਜਾਵੇ ਪਰ ਤੇਜੂ ਫਿਰ ਵੀ ਹੱਸਦਾ ਹੋਇਆ ਫੱਤੂ ਨੂੰ ਕਹੀ ਜਾ ਰਿਹਾ ਸੀ ਆ ਫਿਰ ਆ ਫਿਰ ਬਜ਼ੁਰਗ ਨੇ ਗੱਲ ਸੁਣਾਈ ਤਾਂ ਸਾਰੇ ਹੱਸ ਪਏ ਪਰੇ ਥੋੜੀ ਵਿੱਚ ਤੇ ਬੈਠੀਆਂ ਪੰਜ-ਸੱਤ ਜ਼ਨਾਨੀਆਂ ਗੱਲੀ ਰੁੱਝੀਆਂ ਹੋਈਆਂ ਸਨ ਅਤੇ ਵਿਚਕਾਰ ਮੰਝੇ ਤੇ ਤੇਜੂ ਪਿਆਸੀ ਬੇਖਬਰ ਬੇਪਰਵਾ ਹਮੇਸ਼ਾ ਚੜਦੀ ਕਲਾ ਚ ਰਹਿਣ ਵਾਲਾ ਜ਼ਿੰਦਾਦਿਲ ਹਸਮੁਖ ਜਿਹੜਾ ਜ਼ਿੰਦਗੀ ਪਰ ਪਤਾ ਨਹੀਂ ਕਿਹੜੇ ਸਿਰ ਸਿਰ ਡੂੰਗੇ ਪਾਣੀ ਵਾਲੇ ਡੂੰਘ ਵਿੱਚ ਪਿਆ ਰਿਹਾ ਸੀ ਜਿਸ ਵਿੱਚੋਂ ਡੁੱਬਣੋਂ ਬਚਣ ਲਈ ਉਹ ਅਕਲ ਦੀਆਂ ਕਾਪੀਆਂ ਦੀ ਗੱਲ ਕਰਦਾ ਸਾਰੀ ਧਰਤੀ ਨੂੰ ਆਪਣੀ ਆਖਦਾ ਲੂਣ ਨੂੰ ਮਿਸ਼ਰੀ ਤੇ ਕਿਕਰ ਦੇ ਸੱਕਾਂ ਨੂੰ ਇਲਾਚੀਆਂ ਇਹ ਸਾਰਾ ਕੁਝ ਜਿਵੇਂ ਉਹਦਾ ਡੂੰਘੇ ਪਾਣੀ ਵਿੱਚੋਂ ਜ਼ੋਰ ਦੀ ਖੁਬਕਲੀ ਮਾਰ ਕੇ ਸਿਰ ਬਾਹਰ ਕੱਢਣ ਦਾ ਯਤਨ ਸੀ ਪਰ ਪਤਾ ਨਹੀਂ ਸਮੇਂ ਦਾ ਹਾਲਾਤ ਦਾ ਕਿਹੜਾ ਫੱਤੂ ਸੀ ਜਿਨੇ ਉਸ ਨੂੰ ਪਾਣੀ ਚੋਂ ਸਿਰ ਬਾਹਰ ਨਹੀਂ ਸੀ ਕੱਢਣ ਦਿੱਤਾ ਅਤੇ ਹਰ ਸਾਹ ਨਾਲ ਹੱਸਦੇ ਨੂੰ ਉਹਨੂੰ ਗੋਤੇ ਆਉਂਦੇ ਰਹੇ ਸਨ ਤੇ ਆਖੀਰ ਉਸ ਸਰ ਸਰ ਪਾਣੀ ਵਿੱਚ ਡੁੱਬ ਗਿਆ ਸੀ ਅਤੇ ਕਿਨਾਰੇ ਤੇ ਖੜੀ ਢੀੜ ਜਿਵੇਂ ਤਮਾਸ਼ਾ ਵੇਖ ਰਹੀ ਸੀ ਹੱਸ ਰਹੀ ਸੀ ਤੇ ਫਿਰ ਜਦੋਂ ਕਿਸੇ ਹੋਰ ਨੇ ਉਸ ਦੀ ਕੋਈ ਹੋਰ ਕਹਾਣੀ ਛੋਹੀ ਤਾਂ ਤਾਰਾ ਹੱਥ ਵਿੱਚ ਖਫਣ ਦਾ ਕੱਪੜਾ ਸੰਭਾਲੀ ਬੁਹਾ ਲੰਘ ਰਿਹਾ ਸੀ ਤਾਰਾ ਜੋ ਪਲਵਾਨ ਨਹੀਂ ਸੀ ਬਣ ਸਕਿਆ ਬਦਮਾਸ਼ ਨਹੀਂ ਸੀ ਬਣ ਸਕਿਆ ਅਫਸਰ ਨਹੀਂ ਸੀ ਬਣ ਸਕਿਆ ਕਿਉਂਕਿ